ਸਾਧ ਸੰਗਤ ਜੀ ਐਸੀ ਮਹਾਰਾਜ ਸਾਹਿਬ ਨੇ ਕਿਰਪਾ ਕਰਨੀ ਹੈ, ਆਪਾਂ ਅੱਜ ਵੀ ਤੇ ਮਹਾਰਾਜ ਦੇ ਚਰਨਾਂ ਵਿੱਚ ਦਾਤਾਂ ਲੈਣੀਆਂ ਹੈ, ਅੱਜ ਵੀ ਤੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਬਹਿਣ ਵਾਸਤੇ ਆਏ। ਗਰੀਬ ਨਿਵਾਜ ਸਾਡਾ ਮਨ ਟਿਕ ਜਾਏ, ਸਾਡੇ ਮਨ ਨੂੰ ਜਾਗ ਲੱਗ ਜਾਏ, ਸਾਨੂੰ ਸੰਗਤ ਕਰਨੀ ਆ ਜਾਏ, ਸੰਗਤ ਵਿੱਚ ਬਹਿਣਾ ਆ ਜਾਏ ਤੇ ਸੰਗਤ ਜੀ ਮਹਾਰਾਜ ਸਾਹਿਬ ਦੇ ਚਰਨਾਂ 'ਚ ਆਉਣਾ ਹੈ। ਇਹ ਅਰਦਾਸ ਕਰਿਆ ਕਰੋ, ਸਤਿਗੁਰੂ ਜਿੱਦਾਂ ਦਾ ਤੁਹਾਨੂੰ ਸਿੱਖ ਚਾਹੀਦਾ ਸਾਨੂੰ ਆਪਣੇ ਉਹੋ ਜਿਹੇ ਸਿੱਖ ਬਣਾ ਲੈ। ਅਸੀਂ ਨਹੀਂ ਬਣ ਸਕਦੇ ਤੇ ਸੰਗਤ ਵਿੱਚ ਆ ਕੇ ਇਹੀ ਕੁਝ ਤੇ ਸਿੱਖਣਾ, ਇਹੀ ਕੁਝ ਤੇ ਅਸੀਂ ਆਪਣਾ ਇੱਥੇ ਧਾਰਨ ਕਰਕੇ ਲੈ ਕੇ ਜਾਣਾ। ਪਰ ਸਾਡਾ ਮਨ 15-15 ਸਾਲ ਹੋ ਗਏ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਸੁਣਦਿਆਂ, ਨਾ ਸਾਡੀ ਈਰਖਾ ਗਈ ਨਾ ਸਾਡਾ ਮਾਣ ਗਿਆ। ਜੇ ਮੇਰੇ ਵਰਗਾ ਕੋਈ ਸਿਮਰਨ ਕਰਦਾ ਉਹਨੂੰ ਵੀ ਬੜਾ ਵੱਡਾ ਮਾਣ ਵੀ ਮੇਰੇ ਵਰਗਾ ਨਾਮ ਜਪਣ ਵਾਲੀ ਕੋਈ, ਜੇ ਕੋਈ ਸਵੇਰ ਨੂੰ 4 ਵਜੇ ਉੱਠ ਕੇ ਗੁਰਦੁਆਰੇ ਆਉਂਦਾ ਉਹਨੂੰ ਇਹੀ ਮਾਣ ਖਾਈ ਜਾਂਦਾ ਵੀ ਮੈਂ ਇਕੱਲਾ ਹੀ ਆਉਂਦਾ ਸਾਰੇ ਮਹੱਲੇ 'ਚੋਂ, ਬਾਕੀ ਦੇ ਸਾਰੇ ਕਮਲੇ ਤੁਰੇ ਫਿਰਦੇ, ਇਹੀ ਮਾਣ ਖਾਈ ਜਾਂਦਾ। ਜੇ ਕੋਈ ਸਵੇਰੇ ਉੱਠ ਕੇ 5 ਬਾਣੀਆਂ ਦਾ ਨਿਤਨੇਮ ਕੋਈ 3 ਵਜੇ ਜਾਂ ਕੋਈ 2 ਵਜੇ ਨਹਾਉਂਦਾ ਹੈ, ਉਹ ਉੱਦਾਂ ਹੀ ਨਹੀਂ ਸਾਰੇ ਟੱਬਰ ਨੂੰ ਟਿਕਣ ਦਿੰਦਾ ਵੀ ਨਾਮ ਤੇ ਮੈਂ ਜਪਣਾ ਗੁਰਦੁਆਰੇ ਤੇ ਬਾਕੀ ਤੇ ਕੋਈ ਕਰਦਾ ਹੀ ਨਹੀਂ, ਇਹ ਵੀ ਮਾਣ। ਜੇ ਕੋਈ ਸੇਵਾ ਕਰਦਾ ਹੈ ਇਹ ਵੀ ਸਭ ਤੋਂ ਵੱਡਾ ਮਾਣ। ਮੈਂ ਗੁਰਦੁਆਰੇ 5000 ਰੱਖ ਕੇ ਮੱਥਾ ਟੇਕਿਆ, ਮੈਂ 5000-500 ਰੁਪਈਆ ਦਿੱਤਾ, ਮੈਂ ਗੁਰਦੁਆਰੇ 1000 ਰੁਪਈਆ ਦਿੱਤਾ, ਮੈਨੂੰ ਅੱਗੋਂ ਸਰੋਪਾ ਪਿਆ, ਜਾਂ ਆਪਾਂ ਇਹ ਵੀ ਕਹਿੰਦੇ ਵੀ ਸਰੋਪਾ ਪਵਾਈਏ, ਇੱਦਾਂ ਦੇ ਵੀ ਨੇ ਕਈ ਪ੍ਰਬੰਧਕਾਂ ਨਾਲ ਸਰੋਪੇ ਪਿੱਛੇ ਲੜੀ ਜਾਣਗੇ ਵੀ ਮੂੰਹ ਚੁੱਕ ਕੇ ਗਰਾਹੀਆਂ ਕਰਨ ਆ ਜਾਂਦੇ, ਸਰੋਪੇ ਵਾਰੀ ਮਰ ਗਏ ਸੀ, ਐਵੇਂ ਬੋਲਦੇ ਨੇ ਕਈ। ਨੇਤੀ ਪੰਜਾਬ 'ਚ ਘੁੰਮੀਦਾ ਹੈ, ਦੁਕਾਨਾਂ 'ਤੇ ਜਾਈਦਾ, ਸਰੋਪਿਆਂ ਪਿੱਛੇ ਲੜਾਈਆਂ ਹੋ ਜਾਂਦੀਆਂ, ਹੋਂਦ ਨਹੀਂ ਛੱਡਦੇ ਆਪਣੀ। ਮੈਂ ਕਈ ਵਾਰ ਕਹਿੰਦਾ ਹੁੰਦਾ ਗੁਰਦੁਆਰਾ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਪਾਲਕੀ ਦਿੱਤੀ, ਹਾਂਜੀ ਪਾਲਕੀ ਸਾਹਿਬ ਦਿੱਤੀ ਮਹਾਰਾਜ ਸਾਹਿਬ ਵਾਸਤੇ ਵੀ ਸਤਿਗੁਰੂ ਵਿੱਚ ਪ੍ਰਕਾਸ਼ ਹੋਏਗਾ ਮਹਾਰਾਜ ਦਾ, ਅਤੇ ਉੱਤੇ ਪਤਾ ਕੀ ਲਿਖਦੇ ਸਵਰਗਵਾਸੀ ਫਲਾਣਾ ਸਿੰਘ, ਉਹ ਮਹਾਰਾਜ ਦੀ ਪਾਲਕੀ ਰਹਿਣਾ ਮਹਾਰਾਜ ਨੇ ਵਿੱਚ, ਉਸ ਪਾਲਕੀ 'ਤੇ ਵੀ ਹੋਂਦ ਨਹੀਂ ਛੱਡਦੇ ਆਪਣੀ, ਦੱਸੋ ਉਹਦੇ 'ਤੇ ਵੀ ਹੱਕ ਜਿਤਾਈ ਜਾਂਦਾ ਵੀ ਮੈਂ ਦਿੱਤੀ, ਇਹ ਪੱਖਾ ਚੜਾਇਆ ਮੇਰਾ ਬਾਪੂ ਮਰਿਆ ਸੀ ਮੈਂ ਚੜਾਇਆ, ਦੱਸੋ। ਗੁਰੂ ਨਾਨਕ ਦੇ ਘਰ ਵਿੱਚ ਸੇਵਾ ਸਿਮਰਨ ਨਿਮਾਣੇ ਬਣ ਕੇ, ਨੀਵੇਂ ਬਣ ਕੇ ਇੱਥੇ ਤੇ ਨਿਮਾਣੇ ਬਣ ਕੇ, ਇਹ ਨਹੀਂ ਕਿਸੇ ਨੇ 500 ਦਿੱਤਾ ਅਗਲੇ ਨੇ 1000 ਦਿੱਤਾ ਅਗਲੇ ਨੇ 1500 ਅਗਲੇ ਨੇ 2100 ਅਗਲੇ ਨੇ 3000, ਰਿਸਮ ਰੀਸੀ ਵੀ ਕਈ ਵਾਰ ਕਰਦੇ ਆ ਸੇਵਾ ਸਿਮਰਨ। ਕੋਈ 5 ਵਜੇ ਆ ਕੇ ਇੱਕ ਆਉਂਦਾ, 5 ਵਜੇ ਆਇਆ ਉਹਨੇ ਬਾਲਟੀ ਨਾਲ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਾਤਾ, ਉਦੋਂ ਬਾਅਦ ਦੂਜਾ ਆਇਆ ਹੈਂਜੀ ਉਹ ਕਹਿੰਦਾ ਮੈਂ 4 ਵਜੇ ਕਰਾਊਂ, ਇੱਕ ਆਇਆ ਉਹ ਕਹਿੰਦਾ 3 ਵਜੇ ਕਰਾਊਂ, 7 ਵਜੇ ਕਰਾਊਂ, ਸਵੇਰੇ 5 ਵਜੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਇਸ਼ਨਾਨ ਨਹੀਂ ਹੋਈ ਜਾਂਦਾ ਨਿਸ਼ਾਨ ਸਾਹਿਬ ਦਾ, ਰੀਸਮ ਰੀਸ। ਇੱਕ ਵਾਰੀ ਉਹ ਜਦੋਂ ਬਚਪਨ 'ਚ ਪੜ੍ਹਦੇ ਸੀ ਨਾ ਉੱਥੇ, ਇੱਕ ਬਜ਼ੁਰਗ ਆਇਆ ਕਰੇ ਉੱਥੇ ਸੇਵਾ ਕਰਨ, ਉਹ ਝਾੜੂ ਚੁੱਕਿਆ ਕਰੇ, ਉਹਨੇ ਝਾੜੂ ਡੱਕਿਆਂ ਵਾਲਾ ਝਾੜੂ ਉਹਨੇ ਆਏ ਖਿੱਚ ਖਿੱਚ ਮਾਰਨਾ, ਆਏ ਨਾ ਕੋਈ ਕੂੜਾ ਇਕੱਠਾ ਹੋਣਾ ਨਾ ਉਦੋਂ ਹੀ ਆਏ ਖਿੱਚ ਖਿੱਚ ਮਾਰਨਾ, 5 ਮਿੰਟਾਂ ਲਾਉਣਾ ਝਾੜੂ ਤੇ ਲੰਘਦਾ ਬਣਨਾ, ਸਿਰਫ ਇੱਕ ਵਿਖਾਵਾ ਰਹਿ ਗਿਆ ਹੋਰ ਕੁਛ ਨਹੀਂ, ਪੰਥ ਦਰਦੀ ਨਹੀਂ ਅਸੀਂ, ਵਿਖਾਵਾ ਰਹਿ ਗਿਆ ਬਸ। ਜਿੱਦਣ ਅਸਲੀ ਪੰਥ ਦਰਦੀ ਬਣ ਗਏ, ਜਿੱਦਣ ਅਸਲੀ ਗੁਰੂ ਨਾਨਕ ਦੇ ਘਰ ਦੇ ਗੋਲੇ ਬਣ ਗਏ, ਜਿੱਦਣ ਅਸਲੀ ਸਤਿਗੁਰ ਦੇ ਅੰਦਰੋਂ ਸਿੱਖ ਬਣ ਗਏ, ਗੱਲ ਉਦਣ ਬਣਨੀ ਖਾਲਸਾ ਜੀ। ਉਦਾਂ ਜੋ ਮਰਜ਼ੀ ਕਰੀ ਚੱਲੀਏ, ਰੀਸਮ ਰੀਸ ਤੇ ਅਸੀਂ ਇੱਕ ਬੰਦਾ ਇੱਕ ਨੂੰ ਗਾਲ ਕੱਢਦਾ ਫੇਸਬੁੱਕ ਤੇ, ਦੂਜੇ ਗੁਰਸਿੱਖ ਆਲੋਚਨਾ ਕਰਦੇ ਨੇ ਵਧੀਆ ਕੀਤਾ, ਸਿੱਖੀ ਸਾਡੀ ਜਾ ਕਿੱਧਰ ਨੂੰ ਰਹੀ, ਸਾਰੇ ਆਪਾਂ ਵਿੱਚ ਹੀ ਹਾਂ, ਕੋਈ ਲੱਗ ਨਹੀਂ ਬਾਹਰੋਂ ਨਹੀਂ ਕੋਈ।
ਮਹਾਰਾਜ ਨੂੰ ਜਿੱਦਾਂ ਦਾ ਸਿੱਖ ਚਾਹੀਦਾ ਹੈ ਸਤਿਗੁਰੂ ਸਾਨੂੰ ਉਹੋ ਜਿਹੇ ਸਿੱਖ ਬਣਾ ਲੈ। ਗੁਰੂ ਨਾਨਕ ਦੇ ਘਰ ਵਿੱਚ ਫਲ ਮਿਲਦਾ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਮਾਣ ਪਾਇਆ ਲੈਣੇ ਤੋਂ ਅੰਗਦ ਬਣਾਤਾ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਣੇ ਸੇਵਾ ਕਰਕੇ। ਭਾਈ ਜੇਠਾ ਜੀ ਨੇ ਟੋਕਰੀ ਚੁੱਕੀ, ਉਹ ਸਤਸੰਗ ਜੀ ਅਰਸ਼ਾ ਫਰਸ਼ਾਂ ਦੇ ਮਾਲਕ ਬਣਾਤਾ। ਕਿਸੇ ਵੇਲੇ ਘੁੰਗਣੀਆਂ ਦੀ ਰੇਹੜੀ ਲਾਉਂਦੇ ਸੀ ਭਾਈ ਜੇਠਾ ਜੀ, ਕਿਸੇ ਵੇਲੇ ਸੇਵਾ ਕੀਤੀ ਗੁਰੂ ਨਾਨਕ ਦੇ ਘਰ ਦੀ। ਉਹ ਗੁਰਮੁਖੋ, ਇਹ ਗੁਰੂ ਨਾਨਕ ਦੇ ਘਰ ਦੀ ਸੇਵਾ ਭਾਈ ਜੇਠਾ ਜੀ ਨੇ ਕੀਤੀ। ਕਿਸੇ ਵੇਲੇ ਘੁੰਗਣੀਆਂ ਦਿੰਦੇ ਸੀ, ਅੱਜ ਲੱਖਾਂ ਲੋਕ ਰੱਜ ਰੱਜ ਕੇ ਉਸ ਦਰ ਤੋਂ ਜਾਂਦੇ, ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ। ਗੁਰੂ ਅਰਜਨ ਦੇਵ ਮਹਾਰਾਜ ਨੇ ਸੇਵਾ ਕੀਤੀ ਸਤਿਗੁਰਾਂ ਨੇ, ਜਿਹੜੇ ਭਾਵਨਾ ਕਰਕੇ ਸੇਵਾ ਕਰਦੇ ਨੇ ਉਹਨਾਂ ਦੇ ਨਾਮ ਸੁਨਹਿਰੀ ਅੱਖਰਾਂ 'ਚ ਬੋਲੇ ਜਾਂਦੇ ਨੇ, ਸੁਨਹਿਰੀ ਅੱਖਰਾਂ ਵਿੱਚ। ਸੇਵਾ ਹੋਵੇ ਦਿਲੋਂ, ਸਿਮਰਨ ਹੋਵੇ ਦਿਲੋਂ। ਇੱਕ ਵਾਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਤਾਂ ਆਈਆਂ ਮਹਾਰਾਜ ਦੇ ਚਰਨਾਂ 'ਚ। ਉਦੋਂ ਕੱਚੇ ਰਾਹ ਹੁੰਦੇ ਸੀ, ਜਿੱਦਾਂ ਹੁਣ ਮੰਨ ਲਓ ਹਰਿਮੰਦਰ ਸਾਹਿਬ ਹੁਣ ਜਾਣਾ, ਹੁਣ ਤਾਂ ਬੱਸ ਚੜੋ ਸ਼ਾਮ ਨੂੰ ਆ ਜਾਓ, ਪਰ ਉਦੋਂ ਪੱਕੇ ਰਾਹ ਨਹੀਂ ਸੀ, ਪੱਗ ਡੱਡੀਆਂ ਕੱਚੇ ਰਾਹ ਹੁੰਦੇ ਸੀ ਉਦੋਂ, ਕੱਚੇ ਰਾਹ। ਤੇ ਕਹਿੰਦੇ ਸੰਗਤ ਆਈ, ਕਹਿੰਦੇ ਮਹਾਰਾਜ ਦੇ ਦਰਸ਼ਨ ਕਰਨ ਜਾਣਾ, ਜਥਾ ਬਣਾ ਲਿਆ। ਕਾਬਲ ਕੰਧਾਰ ਤੋਂ ਸੰਗਤਾਂ ਆਉਂਦੀਆਂ ਨੇ, ਜਥਾ ਬਣਾ ਲਿਆ। ਕਹਿੰਦੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਕਰਨ ਜਾਣਾ। ਸੰਗਤਾਂ ਜਿਹੜੀਆਂ ਪਿਆਰ ਕਰਦੀਆਂ ਸੀ ਸਾਰੇ ਖੜੇ ਹੋ ਗਏ ਵੀ ਅਸੀਂ ਵੀ ਚੱਲਾਂਗੇ ਨਾਲ ਦਰਸ਼ਨ ਮੇਲਾ ਕਰਨ। ਹੁਣ ਉਦੋਂ ਕੋਈ ਸਾਧਨ ਏਦਾਂ ਦਾ ਨਹੀਂ ਸੀ ਵੀ ਜਿਹੜਾ ਫਟਾਫਟ ਤੁਰਦਿਆਂ 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 ਪੜਾਅ ਦਰ ਪੜਾਅ ਏਦਾਂ ਰੁਕ ਰੁਕ ਕੇ ਫਿਰ ਪਹੁੰਚਦੇ ਸੀ ਹਰਿਮੰਦਰ ਸਾਹਿਬ, ਤੁਰ ਕੇ ਜਾਂਦੇ ਸੀ ਨਾ ਪੈਦਲ। ਕਹਿੰਦੇ ਤੁਰਦਿਆਂ ਤੁਰਦਿਆਂ ਕਈ ਦਿਨ ਲੱਗੇ ਸੰਗਤ ਨੂੰ, ਜਿੱਥੇ ਰਾਤ ਪੈ ਜਾਂਦੀ ਹੈ ਉੱਥੇ ਪੜਾਅ ਕਰਕੇ ਰੁਕ ਜਾਂਦੀਆਂ ਨੇ ਸੰਗਤਾਂ, ਸਵੇਰ ਨੂੰ ਉੱਥੋਂ ਹੀ ਫਿਰ ਪੰਧ ਸ਼ੁਰੂ ਕਰ ਲੈਂਦੇ ਨੇ। ਕਈ ਦਿਨ ਲੱਗਦੇ ਸੀ ਜਾਣ ਲੱਗਿਆਂ। ਕਹਿੰਦੇ ਤੁਰਦਿਆਂ ਤੁਰਦਿਆਂ ਕਈ ਦਿਨ ਬੀਤ ਗਏ। ਇੱਕ ਦਿਨ ਕੀ ਹੋਇਆ, ਜਿੱਦਣ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਥੋੜੇ ਮੀਲਾਂ ਦੀ ਦੂਰ ਤੇ ਰਹਿ ਗਿਆ, ਤੁਰਦਿਆਂ ਤੁਰਦਿਆਂ ਹਰਿਮੰਦਰ ਸਾਹਿਬ ਨੇੜੇ ਰਹਿ ਗਿਆ। ਉਹ ਜਿਹੜੀਆਂ ਸੰਗਤਾਂ ਨੇ ਤੁਰਦਿਆਂ ਤੁਰਦਿਆਂ ਨੂੰ ਸ਼ਾਮ ਪੈ ਗਈ, ਤੇ ਜਿਹੜਾ ਜਥੇਦਾਰ ਸੀ ਨਾ ਜਥੇਦਾਰ, ਉਹ ਕਹਿੰਦਾ ਹੈ, ਕਹਿੰਦਾ ਭਾਈ ਸੰਗਤੇ ਜੇ ਆਪਾਂ ਐਂ ਕਰੀਏ ਮੱਥਾ, ਆਪਾਂ ਹਰਿਮੰਦਰ ਸਾਹਿਬ ਨੇੜੇ ਰਹਿ ਗਏ ਵੀ ਸਵੇਰ ਨੂੰ ਚੱਲ ਕੇ ਨਮਸਕਾਰ ਕਰ ਲਾਂਗੇ, ਆਪਾਂ ਹੁਣ ਇੱਥੇ ਆਰਾਮ ਕਰ ਲੈਂਦੇ ਹਾਂ, ਥੱਕ ਜ਼ਿਆਦਾ ਗਏ ਤੁਰ ਤੁਰ ਕੇ, ਥਕਾਵਟ ਜ਼ਿਆਦਾ ਹੋ ਗਈ। ਸੰਗਤ ਕਹਿੰਦੀ ਕੋਈ ਗੱਲ ਹੀ ਨਹੀਂ, ਜਿੱਥੇ ਇੱਕ ਦਿਨ ਪਹਿਲਾਂ ਪਹੁੰਚਣਾ ਸੀ ਬਾਅਦ 'ਚ ਪਹੁੰਚ ਜਾਂਗੇ। ਉੱਥੇ ਨਾ ਇੱਕ ਬਾਗ ਸੀ ਅੰਬਾਂ ਦਾ, ਅੰਬਾਂ ਦਾ ਬਾਗ, ਉਹ ਬਾਗ ਦੀ ਸੰਘਣੀ ਛਾਂ। ਤੇ ਕਹਿੰਦੇ ਵੀ ਇਸ ਬਾਗ ਦੇ ਥੱਲੇ ਦਰਖਤਾਂ ਦੇ ਬਹਿ ਕੇ ਇੱਥੇ ਆਪਾਂ ਰਾਤ ਕੱਟ ਲੈਂਦੇ, ਗੱਲ ਹੀ। ਉਹ ਜਥੇਦਾਰ ਨੇ ਉਦਾਂ ਹੀ ਸਾਰੇ ਬੈਠੇ, ਰਾਤ ਸ਼ਾਮ ਦਾ ਟਾਈਮ ਸੀ, ਹਨੇਰਾ ਪੈ ਗਿਆ। ਅੱਗੇ ਤੇ ਪ੍ਰਸ਼ਾਦਾ ਪਾਣੀ ਬਣਾ ਲੈਂਦੇ ਸੀ, ਪਰ ਪ੍ਰਸ਼ਾਦਾ ਪਾਣੀ ਬਣਾਉਣ ਦੀ ਵੀ ਕਿਸੇ 'ਚ ਹਿੰਮਤ ਨਾ ਰਹੀ ਵੀ ਪ੍ਰਸ਼ਾਦਾ ਬਣਾ ਲਈ। ਕਿਹਨੇ ਕੀਤਾ ਕਿ ਉਹਨਾਂ ਨੇ ਨਾ ਇੱਦਾਂ ਹੀ ਸੌਂ ਗਏ, ਛਕਿਆ ਨਹੀਂ ਕੁਛ ਵੀ, ਪ੍ਰਸ਼ਾਦਾ ਨਹੀਂ ਛਕਿਆ, ਐਵੇਂ ਸੌਂ ਗਏ ਬਸ। ਜਿੰਦਾ ਬਾਗ ਸੀ ਕਹਿੰਦੇ ਬਾਗ ਦਾ ਮਾਲਕ ਸੀ ਨਾ ਜਿਹੜਾ, ਉਹ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਸੀ, ਸਿੱਖ ਨਿਕਲਿਆ ਮਹਾਰਾਜ ਦਾ। ਤੇ ਕਹਿੰਦੇ ਉਹਨੇ ਨਾ ਕੀ ਕੀਤਾ,
ਉਹਨੂੰ ਪਤਾ ਲੱਗਿਆ ਵੀ ਮੇਰੇ ਬਾਗਾਂ 'ਚ ਮਹਾਰਾਜ ਦੀ ਸੰਗਤ ਆਈ ਹੈ, ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਆਈਆਂ ਨੇ। ਉਹਨੇ ਕੀਤਾ ਆਪਣੇ ਘਰ ਵਾਲੀ ਨੂੰ, ਕਹਿੰਦਾ ਭਾਗਵਾਨੇ ਤੈਨੂੰ ਪਤਾ ਲੱਗਿਆ ਆਪਣੇ ਬਾਗ 'ਚ ਕੌਣ ਆਇਆ? ਕਹਿੰਦੀ ਮੈਨੂੰ ਨਹੀਂ ਜੀ ਪਤਾ। ਆਪਣੇ ਬਾਗ ਵਿੱਚ ਕਹਿੰਦਾ ਸੰਗਤਾਂ ਤੁਰੀਆਂ ਜਾਂਦੀਆਂ ਸੀ, ਰਾਤ ਪੈ ਗਈ, ਭਾਗਵਾਨੇ ਆਪਣੇ ਆਪਣੇ ਉਹਨਾਂ ਨੇ ਬਾਗ ਵਿੱਚ ਉਤਾਰਾ ਕੀਤਾ ਹੈ। ਉਹ ਆਖਣ ਲੱਗੀ ਦੱਸੋ ਪਤੀ ਜੀ ਕੀ ਕਰਨਾ ਹੈ? ਭਾਗਵਾਨੇ ਪਤਾ ਇਹ ਲੱਗਿਆ ਵੀ ਫੌਜਾਂ ਭੁੱਖੀਆਂ ਸੌ ਗਈਆਂ, ਸੰਗਤ ਭੁੱਖੀ ਸੌ ਗਈ ਸਾਰੀ। ਭਾਗਵਾਨੇ ਸੇਵਾ ਕਮਾਉਣ ਦਾ ਟਾਈਮ ਹੈ, ਚੱਲ ਚੱਲੀਏ ਪ੍ਰਸ਼ਾਦਾ ਤਿਆਰ ਕਰਕੇ ਸੇਵਾ ਕਰਨ ਚੱਲੀਏ। ਹੁਣ ਅੱਗੋਂ ਉਹ ਵੀ ਸੱਤ ਬਚਨ ਵਾਲੀ ਜਿਹਨਾਂ ਨੇ ਦਾਲਾਂ ਬਣਾਇਆ, ਪ੍ਰਸ਼ਾਦੇ ਬਣਾਏ, ਬੀਬੀ ਨੇ ਟੋਕਰਾ ਸਿਰ ਤੇ ਰੱਖਿਆ ਪ੍ਰਸ਼ਾਦਿਆਂ ਵਾਲਾ, ਉਹਨੇ ਬਾਲਟਾ ਫੜਿਆ ਦਾਲ ਵਾਲਾ, ਜੰਗਲ ਵਿੱਚ ਚਲੇ ਗਏ, ਬਾਗ 'ਚ ਜਾ ਕੇ ਸੰਗਤ ਨੂੰ ਸਾਰੀ ਨੂੰ ਇਹਨਾਂ ਨੇ ਪ੍ਰਣਾਮ ਕੀਤਾ, ਸਿਜਦਾ ਕੀਤਾ। ਸੰਗਤ ਜੀ ਉੱਠੋ, ਬੈਠੇ ਹੋ ਜਾਓ। ਜਥੇਦਾਰ ਪੁੱਛਦਾ ਭਾਈ ਤੂੰ ਕੌਣ ਹੈ? ਕਹਿੰਦਾ ਜੀ ਮੈਂ ਜਿਹੜੇ ਮਹਾਰਾਜ ਦੇ ਚਰਨਾਂ 'ਚ ਤੁਸੀਂ ਸਿਜਦੇ ਕਰਨ ਚੱਲੇ ਹੋ ਉਹਨਾਂ ਦਾ ਸਿੱਖ ਹਾਂ ਮੈਂ, ਗੁਰੂ ਅਰਜਨ ਦੇਵ ਮਹਾਰਾਜ ਦਾ। ਮੈਨੂੰ ਪਤਾ ਲੱਗਿਆ ਮੇਰੇ ਬਾਗਾਂ 'ਚ ਆਏ ਹੋ ਤੇ ਮੈਂ ਤੁਹਾਨੂੰ ਆ ਲੰਗਰ ਛਕਾਉਣਾ। ਭੁੱਖੇ ਹੀ ਸੌਂਗੇ ਤੁਸੀਂ ਸਾਰੇ, ਪੰਗਤਾਂ ਲਾ ਲਓ। ਕਹਿੰਦੇ ਪੰਗਤਾਂ ਲਾ ਗਈਆਂ, ਸੁਣਿਓ ਰਜਮੀ ਸੇਵਾ ਕੀਤੀ। ਉਹ ਸਿੰਘ ਨਾਲ ਸਿੱਖ ਦਾਲ ਵਰਤਾਈ ਜਾਂਦਾ, ਘਰ ਵਾਲੀ ਪਿੱਛੋਂ ਪ੍ਰਸ਼ਾਦੇ ਵਰਤਾਈ ਜਾਂਦੀ, ਰੱਜ ਕੇ ਪ੍ਰਸ਼ਾਦਾ ਛਕਿਆ ਸਭ ਨੇ, ਤੇ ਸੰਗਤ ਬੜੀ ਖੁਸ਼ ਹੋਈ, ਬਹੁਤ ਖੁਸ਼। ਕਹਿੰਦੇ ਉਹਨੇ ਨਾ ਜਦੋਂ ਸਾਰੀ ਸੰਗਤ ਪੈਣ ਲੱਗੀ, ਉਹ ਗੁਰਸਿੱਖ ਨੇ ਲੱਤਾਂ ਵੀ ਘੁੱਟੀਆਂ, ਜਿਹੜੇ ਵਿੱਚੋਂ ਬਜ਼ੁਰਗ ਨੇ ਨਾ ਉਹਨਾਂ ਦੀਆਂ ਲੱਤਾਂ ਘੁੱਟੀਆਂ, ਮੁੱਠੀ ਚਾਪੀ ਕੀਤੀ। ਧੰਨ ਭਾਗ ਸਾਡੇ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਦੀ ਸੇਵਾ ਮਿਲ ਗਈ ਸਾਨੂੰ। ਤੇ ਕਹਿੰਦੇ ਸੇਵਾ ਕਰਕੇ ਉਹ ਜਦੋਂ ਜਾਣ ਲੱਗੇ ਨਾ, ਕਹਿੰਦੇ ਭਾਈ ਸਵੇਰੇ ਵੀ ਪ੍ਰਸ਼ਾਦਾ ਲਿਆਵਾਂਗੇ, ਇੱਥੋਂ ਭੁੱਖੇ ਹੀ ਨਾ ਤੁਰ ਜਿਓ, ਪ੍ਰਸ਼ਾਦਾ ਛੱਕ ਕੇ ਫੇਰ ਮੰਜ਼ਿਲ ਤੈਅ ਕਰਿਓ ਆਪਣੀ। ਕਹਿੰਦੇ ਠੀਕ ਹੈ। ਦੋਵੇਂ ਗੁਰਸਿੱਖ ਬੜੇ ਖੁਸ਼ ਨੇ ਅੱਜ ਗੁਰੂ ਨਾਨਕ ਦੇ ਘਰ ਦੀ। ਸਤਸੰਗਤ ਜੀ ਮਹਾਰਾਜ ਕਿੱਥੇ ਰਹਿੰਦਾ ਹੈ? ਆਪਣੀਆਂ ਸੰਗਤਾਂ ਵਿੱਚ ਤੇ ਵਿਚਰਦਾ ਮਹਾਰਾਜ, ਦੂਰ ਥੋੜਾ ਜਾਂਦਾ ਕਿਤੇ ਮਹਾਰਾਜ, ਜਾਂ ਲੱਭਣ ਥੋੜਾ ਜਾਣਾ ਉਹਨੂੰ ਕਿਤੇ? ਜਿਹਨੇ ਸੰਗਤ ਖੁਸ਼ ਕਰ ਲਈ ਉਹਨੇ ਗੁਰੂ ਨਾਨਕ ਖੁਸ਼ ਕਰ ਲਿਆ। ਰਾਤ ਪਈ, ਆਰਾਮ ਕੀਤਾ, ਸਵੇਰੇ ਫੇਰ ਉਹਨਾਂ ਨੇ ਲੰਗਰ ਤਿਆਰ ਕਰ ਲਿਆ, ਪ੍ਰਸ਼ਾਦਾ ਤਿਆਰ ਕਰਕੇ। ਜਦੋਂ ਸਵੇਰੇ ਤੁਰਨ ਲੱਗੇ ਨਾ, ਪ੍ਰਸ਼ਾਦਾ ਤਿਆਰ ਕਰਕੇ ਮੀਆਂ ਬੀਬੀ ਦੋਵੇਂ ਲੈ ਆਏ। ਕਹਿੰਦੇ ਜੀ ਲਓ ਪਹਿਲਾਂ ਭੋਜਨ ਛਕੋ। ਪੰਗਤਾਂ ਲਾਤੀਆਂ, ਪ੍ਰਸ਼ਾਦਾ ਛਕਿਆ, ਬੜੇ ਪ੍ਰਸੰਨ ਹੋਏ ਸਾਰੀਆਂ ਗੁਰਮੁਖ ਰੂਹਾਂ, ਬੜਾ ਆਨੰਦ ਆਇਆ। ਤੇ ਕਹਿਣ ਲੱਗੇ, ਕਹਿੰਦੇ ਜੀ ਹੱਥ ਜੋੜੇ, ਕਹਿੰਦੇ ਜੀ ਰੁਕ ਜਾਓ, ਸਾਡਾ ਨਾ ਬਾਗ ਹੈ ਅੰਬਾਂ ਦਾ, ਸੁਣਿਓ ਅੰਬਾਂ ਦਾ ਬਾਗ, ਉੱਥੇ ਅੰਬ ਲੱਗੇ ਨੇ ਤੇ ਰਜਵੇਂ ਅੰਬ ਵੀ ਸੰਗਤ ਨੂੰ ਛਕਾਏ। ਉਹ ਗੁਰਸਿੱਖ ਨੇ ਕੋਈ ਗੱਲ ਨੀ, ਰਜਵੇਂ ਸੰਗਤ ਅੰਬ ਛਕੇ, ਅੰਬ ਤਾਰ ਤਾਰ ਸੰਗਤ ਨੂੰ ਛਕਾਈ ਜਾਂਦੇ ਨੇ। ਤੇ ਕਹਿੰਦੇ ਟੋਕਰੇ ਭਰ ਕੇ ਨਾ ਅੰਬਾਂ ਦੇ, ਨਾਲੇ ਸੰਗਤ ਨੂੰ ਰਜਵੇਂ ਅੰਬ ਛਕਾਏ, ਸੇਵਾ ਕੀਤੀ, ਟੋਕਰੇ ਭਰ ਕੇ ਸੰਗਤ ਨੂੰ ਕਹਿੰਦੇ ਆ ਸਾਡੇ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਲੈ ਜਾਓ, ਮਹਾਰਾਜ ਨੂੰ ਭੇਟ ਕਰਿਓ, ਇਹ ਅੰਬ ਨੇ ਸਾਡੇ ਵੱਲੋਂ ਮਹਾਰਾਜ ਨੂੰ ਭੇਟ ਕਰ ਦਿਓ। ਕਹਿੰਦੇ ਲਿਆਓ ਜੀ ਸਤ ਬਚਨ। ਸੰਗਤਾਂ ਵਾਰੋ ਵਾਰੀ ਸਿਰ ਤੇ ਚੁੱਕੇ ਨੇ ਅੰਬ, ਅੰਬਾਂ ਦੇ ਟੋਕਰੇ, ਗੁਰਸਿੱਖਾਂ ਬੜਾ ਖੁਸ਼ ਹੋਏ ਆ, ਬੜੀ ਸੇਵਾ ਕੀਤੀ, ਜਾ ਕੇ ਮਹਾਰਾਜ ਨੂੰ ਦੱਸਾਂਗੇ।
ਅੰਬਾਂ ਦਾ ਟੋਕਰਾ ਸਿਰ ਤੇ ਚੁੱਕਿਆ ਤੁਰੇ ਜਾਂਦੇ ਨੇ। ਜਦੋਂ ਹਰਿਮੰਦਰ ਸਾਹਿਬ ਪਹੁੰਚੇ ਨਾ ਮਹਾਰਾਜ ਦੇ ਚਰਨਾਂ 'ਚ, ਹਰਿਮੰਦਰ ਸਾਹਿਬ ਪਹੁੰਚੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹਦਾ ਤਖ਼ਤ ਸੋਭਦਾ ਹੈ, ਸਿੰਘਾਸਣ ਤੇ ਬੈਠੇ ਨੇ ਮਹਾਰਾਜ। ਜਦੋਂ ਸਤਿਗੁਰੂ ਆਏ ਸਿੰਘਾਸਣ ਤੇ ਬੈਠੇ ਤੇ ਇਹ ਗਏ ਜਾ ਕੇ, ਇਹਨਾਂ ਨੇ ਆਪੋ ਆਪਣਾ ਮੱਥਾ ਟੇਕਿਆ, ਦਸਵੰਧ ਰੱਖਿਆ, ਸਿਜਦਾ ਕੀਤਾ ਮਹਾਰਾਜ ਨੂੰ। ਤੇ ਮਹਾਰਾਜ ਨੇ, ਸਿੱਖੋ ਬੜੀ ਦੂਰੋਂ ਆਏ ਜੇ, ਬੜਾ ਪਿਆਰ ਕੀਤਾ ਸੰਗਤ ਨੂੰ ਮਹਾਰਾਜ ਨੇ, ਸਾਰਿਆਂ ਨੇ ਆਪੋ ਆਪਣੀ ਭੇਟਾ ਰੱਖ ਕੇ ਦਸਵੰਧ ਰੱਖ ਕੇ ਮੱਥਾ ਟੇਕਿਆ। ਜਿਹੜਾ ਜਥੇਦਾਰ ਸੀ ਮੇਨ, ਉਹ ਫਿਰ ਪਤਾ ਕੀ ਕਹਿੰਦਾ, ਮਹਾਰਾਜ ਉਹਨੇ ਸਾਰੀ ਗੱਲ ਦੱਸੀ, ਸਾਨੂੰ ਰਸਤੇ 'ਚ ਰਾਤ ਪੈ ਗਈ ਸੀ। ਉਹ ਕਹਿੰਦਾ ਰਸਤੇ 'ਚ ਰਾਤ ਪੈ ਗਈ ਸੀ, ਕਹਿੰਦਾ ਮਹਾਰਾਜ ਜੀ, ਕਹਿੰਦਾ ਰਾਤ ਅਸੀਂ ਰੁਕੇ, ਰਸਤੇ 'ਚ ਰਾਤ ਪੈ ਗਈ, ਜਿੱਥੇ ਰੁਕੇ ਜਿਹੜੇ ਬਾਗ 'ਚ, ਉਹ ਤੁਹਾਡੇ ਗੁਰਸਿੱਖ ਦਾ ਬਾਗ ਸੀ। ਮਹਾਰਾਜ ਕਹਿੰਦੇ ਅੱਛਾ, ਤੁਹਾਡੇ ਗੁਰਸਿੱਖ ਦਾ। ਮਹਾਰਾਜ ਉਹਨੇ ਸਾਡੀ ਰਜਵੀਂ ਸੇਵਾ ਕੀਤੀ, ਰਜਵੀਂ ਸਾਨੂੰ ਸੁੱਤਿਆਂ ਨੂੰ ਉਠਾ ਕੇ ਉਹਨੇ ਪ੍ਰਸ਼ਾਦਾ ਛਕਾਇਆ, ਉਦੋਂ ਬਾਅਦ ਸੇਵਾ ਨਹੀਂ ਕੀਤੀ, ਸਵੇਰ ਨੂੰ ਵੀ ਲੰਗਰ ਤਿਆਰ ਕਰਕੇ ਛਕਾਇਆ। ਧਿਆਨ ਦਿਓ, ਸਵੇਰੇ ਵੀ ਲੰਗਰ, ਕਹਿੰਦਾ ਮਹਾਰਾਜ ਆ ਜਾਣ ਲੱਗਿਆਂ ਨੂੰ ਉਹਨੇ ਅੰਬਾਂ ਦੇ ਟੋਕਰੇ ਭਰ ਕੇ ਦਿੱਤੇ ਨੇ। ਗਰੀਬ ਨਵਾਜ, ਉਹ ਗੁਰਸਿੱਖ ਵੱਲੋਂ ਬੇਨਤੀ ਆਈ ਹੈ ਵੀ ਆਪ ਜੀ ਭੋਗ ਲਾਓ। ਮਹਾਰਾਜ ਕਹਿੰਦੇ ਅੱਛਾ, ਅੰਬਾਂ ਦੀ ਸੇਵਾ ਕੀਤੀ? ਕਹਿੰਦੇ ਹਾਂ ਮਹਾਰਾਜ। ਲੰਗਰ ਵੀ ਛਕਾਇਆ? ਕਹਿੰਦੇ ਹਾਂ ਮਹਾਰਾਜ। ਸਤਿਗੁਰਾਂ ਨੇ ਅੰਬ ਕਹਿੰਦੇ ਲਿਆਓ ਬਈ, ਫੜਾਓ, ਮੰਗ ਲਏ। ਜਦੋਂ ਅੰਬ ਫੜੇ ਤਾਂ ਕਹਿੰਦੇ ਇਹਦਾ ਛਿੱਲ ਕੇ ਨਾ ਮਹਾਰਾਜ ਛਕਣ ਲੱਗ ਪਏ। ਜਦੋਂ ਅੰਬ ਛਕਦੇ ਨੇ ਨਾ, ਕਹਿਣ ਦੀ ਲੋੜ ਨਹੀਂ ਪਈ, ਜਦੋਂ ਅੰਬ ਛਕਦੇ ਨੇ ਸਤਿਗੁਰੂ ਆਖਣ ਲੱਗੇ, ਕਹਿੰਦੇ ਗੁਰਸਿੱਖਾ ਬੈਠੇ ਹੀ ਮਹਾਰਾਜ ਕਹੀ ਜਾਂਦੇ ਨੇ, ਤੂੰ ਗੁਰੂ ਨਾਨਕ ਦੇ ਘਰ ਦੀਆਂ ਸੰਗਤਾਂ ਦੀ ਲੰਗਰ ਨਾਲ ਸੇਵਾ ਕੀਤੀ ਏ, ਤੇਰੇ ਲੋਕ ਸੁਖੀ ਏ। ਮਹਾਰਾਜ ਕਹਿੰਦੇ ਬੈਠੇ ਹੀ ਵਰ ਦਿੰਦੇ ਨੇ, ਤੇਰੇ ਲੋਕ ਸੁਖੀ ਏ। ਫੇਰ ਛਕਿਆ, ਫੇਰ ਮਹਾਰਾਜ ਕਹਿੰਦੇ ਨੇ ਤੇਰੇ ਪ੍ਰਲੋਕ ਸੁਖੀ ਏ। ਸਿੱਖਾ ਤੈਨੂੰ ਲੋਕ ਦੇ ਸੁੱਖ ਦਿੱਤੇ, ਪ੍ਰਲੋਕ ਦੇ ਸੁੱਖ ਦਿੱਤੇ। ਕਹਿੰਦੇ ਮਹਾਰਾਜ ਕਹਿਣ ਲੱਗੇ, ਤੂੰ ਗੁਰੂ ਨਾਨਕ ਦੇ ਸੰਗਤ, ਗੁਰੂ ਨਾਨਕ ਦੇ ਘਰ ਦੀ ਸੰਗਤ ਦੀ ਸੇਵਾ ਕੀਤੀ, ਗੁਰੂ ਨਾਨਕ ਤੈਨੂੰ ਆਪਣੇ ਘਰੋਂ ਖੁਸ਼ੀਆਂ ਬਖਸ਼ੇਗਾ। ਜਦੋਂ ਏਦਾਂ ਮਹਾਰਾਜ ਵਰ ਦਿੰਦੇ ਨੇ ਨਾ, ਬੜਾ ਪ੍ਰਸੰਨ ਹੋਏ ਸਤਿਗੁਰੂ ਵਰ ਦਿੰਦੇ ਨੇ। ਤੇ ਕਹਿੰਦੇ ਕੋਲ ਬੈਠਾ ਸੀ ਭਾਈ ਕੂਰਮ ਮਹਾਰਾਜ ਦੇ ਤਖ਼ਤ ਦੇ ਕੋਲ, ਉੱਥੇ ਹੀ ਰਹਿੰਦਾ ਭਾਈ ਕੂਰਮ ਬੈਠਾ ਹੈ। ਉਹ ਕਹਿੰਦਾ ਵੀ ਆਹ ਕੀ? ਭਾਈ ਕੂਰਮ ਕਹਿੰਦਾ, ਕਹਿੰਦਾ ਇੱਕ ਗੁਰਸਿੱਖ ਆਇਆ ਨਹੀਂ, ਉਹਨੇ ਅੰਬ ਹੀ ਭੇਜੇ। ਕਹਿੰਦਾ ਮਹਾਰਾਜ ਨੇ ਅੰਬ ਛਕੇ ਤੇ ਇੰਨਾ ਨਿਹਾਲ ਹੋ ਗਏ ਮਹਾਰਾਜ, ਐਡੇ ਵਰ ਦੇ ਤੇ। ਪਤਾ ਸੀ ਵੀ ਜੋ ਮਹਾਰਾਜ ਮੁੱਖ ਚੋਂ ਬਚਨ ਉਚਾਰਦੇ ਨੇ ਤੇ ਸੱਤ ਹੋਣਗੇ, ਪਤਾ ਹੀ। ਕਹਿੰਦਾ ਕਹਿੰਦਾ ਮਨਾ, ਅੰਬਾਂ ਦੇ ਬਾਗ ਤੇ ਮੇਰੇ ਵੀ ਨੇ, ਮੈਂ ਵੀ ਲੈ ਕੇ ਬਖਸ਼ਿਸ਼ਾਂ ਲੈ ਲਾ। ਫਟਾਫਟ ਆਪਣੇ ਨੌਕਰ ਜਾ ਕਰ ਬੁਲਾਏ, ਕਹਿੰਦਾ ਲੈ ਵੀ ਐਂ ਕਰੋ, ਚਲੇ ਜਾਓ, ਚਲੇ ਜਾਓ। ਅੰਬਿਆਂ ਪਿੰਡ ਪੈਂਦਾ ਲੰਬਿਆਂ, ਕਹਿੰਦਾ ਉੱਥੇ ਚਲੇ ਜਾਓ ਤੇ ਬਾਗਾਂ ਵਿੱਚੋਂ ਅੰਬਾਂ ਦੇ ਟੋਕਰੇ ਭਰ ਕੇ ਲਿਆਓ, ਮਹਾਰਾਜ ਨੂੰ ਖੁਸ਼ ਕਰਕੇ ਖੁਸ਼ੀਆਂ ਲਈਏ। ਆਪਾਂ ਤੇ ਵਾਂਝੇ ਹੀ ਰਹਿ ਗਏ, ਮੈਂ ਤੇ ਕੋਲ ਬੈਠਾ ਹੀ ਰਹਿ ਗਿਆ। ਆਪਣੇ ਨੌਕਰ ਚਾਕਰ ਭੇਜਦੇ, ਹੁਣ ਸੰਗਤਾਂ ਆਈਆਂ, ਉਹਨਾਂ ਮੱਥਾ ਟੇਕਿਆ, ਹਫ਼ਤਾ ਰਹੇ ਤੇ ਕਹਿੰਦੇ ਵਾਪਸ ਮੁੜ ਗਏ। ਮਹਾਰਾਜ ਬੜੇ ਖੁਸ਼ ਨੇ, ਗੁਰਸਿੱਖ ਨੇ ਬੜੀ ਸੇਵਾ ਕੀਤੀ, ਬੜਾ ਪਿਆਰ ਕੀਤਾ। ਕਹਿੰਦੇ ਐ ਸਮਾਂ ਲੰਘੀ ਗਿਆ,
ਉਹਨੇ ਨਾ ਆਪਣੇ ਨੌਕਰ ਚਾਕਰ ਭੇਜੇ, ਜਾਣ ਨੂੰ ਵੀ ਸਮਾਂ ਲੱਗਿਆ, ਅੰਬਾਂ ਦੇ ਟੋਕਰੇ ਭਰੇ ਭਾਈ ਗੁਰਮ, ਅੰਬਾਂ ਦੇ ਟੋਕਰੇ ਭਰ ਕੇ ਆਪਣੇ ਨੌਕਰਾਂ ਨੂੰ ਜਦੋਂ ਬੁਲਾਉਂਦਾ, ਕਹਿੰਦੇ ਕਈ ਦਿਨ ਲੱਗੇ ਹਰਿਮੰਦਰ ਸਾਹਿਬ ਪਹੁੰਚਣ ਲੱਗਿਆਂ, ਕਈ ਦਿਨ ਹਰਿਮੰਦਰ ਸਾਹਿਬ ਪਹੁੰਚਣ ਲੱਗਿਆਂ ਕਈ ਦਿਨ ਲੱਗੇ, ਜਦੋਂ ਆਏ ਨਾ ਹਰਿਮੰਦਰ ਸਾਹਿਬ ਤੇ ਭਾਈ ਗੁਰਮ ਨੂੰ ਕਹਿੰਦੇ ਨੇ ਗੁਰਮ ਜੀ ਅੰਬਾਂ ਦੇ ਟੋਕਰੇ ਲੈ ਆਇਆ ਅਸੀਂ, ਲੈ ਆਇਆ। ਕਹਿੰਦਾ ਅੱਛਾ, ਅੰਬਾਂ ਦੇ ਟੋਕਰੇ ਚੁੱਕ ਕੇ ਨਾ ਗੁਰੂ ਅਰਜਨ ਦੇਵ ਮਹਾਰਾਜ ਦਾ ਦਰਬਾਰ ਸਜਿਆ ਮਹਾਰਾਜ ਦਾ, ਭਾਈ ਗੁਰਮ ਕਹਿੰਦਾ ਵੀ ਮਹਾਰਾਜ ਨੂੰ ਭੇਟ ਕਰਨੇ ਨੇ, ਕਿਵੇਂ ਕਰੀਏ, ਸੰਗਤ ਵਿੱਚ ਜਾ ਕੇ ਕਰਨਾ। ਸਿਰ ਤੇ ਚੁੱਕਿਆ ਅੰਬਾਂ ਦਾ ਟੋਕਰਾ ਭਾਈ ਗੁਰਮ ਨੇ, ਜਦੋਂ ਚੁੱਕਿਆ ਤੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਲੈ ਗਿਆ, ਇੱਦਾਂ ਜਾ ਕੇ ਮਹਾਰਾਜ ਨੂੰ ਰੱਖਿਆ, ਭੇਟ ਕੀਤਾ। ਮਹਾਰਾਜ ਮੈਂ ਅੰਬ ਲੈ ਕੇ ਆਇਆ, ਆਪ ਵੀ ਛਕੋ ਤੇ ਸੰਗਤਾਂ ਨੂੰ ਵੀ ਛਕਾਓ। ਅੰਬ ਰੱਖ ਕੇ ਮਹਾਰਾਜ ਅੱਗੇ ਬੇਨਤੀ ਕਰਦਾ, ਮਹਾਰਾਜ ਨੇ ਵੇਖਿਆ ਤੱਕ ਵੀ ਨਹੀਂ ਦਿੰਦੇ ਭਾਈ ਗੁਰਮ ਨਾਲ, ਗੁਰਮ ਵੱਲ ਵੇਖਿਆ ਵੀ ਨਹੀਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਨੰਦ ਵਿੱਚ ਬੈਠੇ ਰਹੇ, ਬੈਠੇ ਰਹੇ ਮਹਾਰਾਜ। ਅੱਛਾ ਫੇਰ ਦੁਬਾਰਾ ਫੇਰ ਇੱਦਾਂ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਕਹਿੰਦਾ ਅੰਬ ਲੈ ਕੇ ਆਇਆ, ਐਡੀ ਦੂਰ ਬੰਦੇ ਭੇਜੇ, ਸੇਵਾਦਾਰ ਭੇਜੇ, ਮੈਂ ਨੌਕਰ ਭੇਜੇ ਆਪਣੇ, ਅੰਬ ਮੰਗਾਏ ਨੇ, ਮਹਾਰਾਜ ਅੰਬ ਸੇਵਾ ਪ੍ਰਵਾਨ ਕਰੋ, ਛਕੋ ਆਪ ਜੀ ਨਾਲੇ ਸੰਗਤਾਂ ਨੂੰ ਛਕਾਓ। ਮਹਾਰਾਜ ਕਹਿੰਦਾ ਇੱਥੇ ਰੱਖ ਦੇ, ਕੋਈ ਨਹੀਂ ਛਕ ਲਾਂਗੇ, ਰੱਖ ਦੇ। ਵੇਖਿਆ ਵੀ ਨਹੀਂ ਮਹਾਰਾਜ ਨੇ, ਫੇਰ ਮਨੋ ਮਨੀ ਸੋਚਦਾ ਹੈ, ਕਹਿੰਦਾ ਉਦਣ ਤੇ ਕਹਿੰਦਾ ਅੰਬ ਖਾ ਕੇ ਕਹਿਣ ਦੀ ਵੀ ਲੋੜ ਨਹੀਂ ਪਈ, ਗੁਰਸੇ ਖਾਇਆ ਵੀ ਨਹੀਂ, ਉਦਣ ਤੇ ਬੜੇ ਵਾਰ ਦਿੱਤੇ, ਮੇਰੀ ਵਾਰ ਚੋਪੀ ਕਰਕੇ ਐ ਸੋਚਦਾ। ਉਦਣ ਤੇ ਬੜੇ ਵਾਰ ਦਿੰਦੇ ਸੀ ਮਹਾਰਾਜ, ਤੀਜੀ ਵਾਰ ਕਹਿੰਦੇ ਫੇਰ ਬੇਨਤੀ ਕਰਦਾ, ਮਹਾਰਾਜ ਤੁਹਾਡੇ ਚਰਨਾਂ 'ਚ ਮੈਂ ਅੰਬ ਲੈ ਕੇ ਆਇਆ, ਆਪ ਵੀ ਭੋਗ ਲਾਓ, ਸੰਗਤਾਂ ਨੂੰ ਵੀ ਛਕਾਓ। ਸੱਚੇ ਪਾਤਸ਼ਾਹ ਆਖਣ ਲੱਗੇ ਰੱਖ ਦੇ ਇੱਥੇ, ਕੋਈ ਨਹੀਂ, ਕਿਹਾ ਤੇ ਹੈ ਛਕ ਲਾਂਗੇ ਆਪੇ। ਰਿਹਾ ਨਾ ਗਿਆ ਭਾਈ ਗੁਰਮ ਤੋਂ, ਸੁਣਿਆ ਰਿਹਾ ਨਾ ਗਿਆ, ਪਤਾ ਕੀ ਕਹਿੰਦਾ, ਕਹਿੰਦਾ ਮਹਾਰਾਜ ਇੱਕ ਗੱਲ ਦੀ ਸਮਝ ਨਹੀਂ ਆਈ ਮੈਨੂੰ। ਕਹਿੰਦੇ ਕੀ? ਕਹਿੰਦਾ ਮਹਾਰਾਜ ਵੇਖੋ, ਉਦਣ ਮੈਂ ਆਪਣੇ ਬੰਦੇ ਭੇਜੇ, ਪੈਦਲ ਚੱਲ ਕੇ ਗਏ, ਅੰਬਾਂ ਦੇ ਟੋਕਰੇ ਸਿਰ ਤੇ ਲੱਦ ਕੇ ਲਿਆਏ, ਮਹਾਰਾਜ ਜਿਹੜੇ ਉਦਣ ਅੰਬ ਆਏ ਸੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਈ, ਉਦਣ ਤੇ ਤੁਸੀਂ ਬੜੇ ਖੁਸ਼ ਹੋ ਕੇ ਨਾਲੇ ਛਕੀ ਗਏ, ਨਾਲੇ ਵਰ ਦੇਈ ਗਏ, ਖੁਸ਼ੀਆਂ ਬਖਸ਼ੀ ਗਏ, ਗੱਲ ਵੇਖਿਆ ਵੀ ਨਹੀਂ, ਮੇਰੇ ਅੰਬਾਂ ਨੂੰ ਤੁਸੀਂ ਤੱਕਿਆ ਵੀ ਨਹੀਂ। ਗੁਰੂ ਅਰਜਨ ਦੇ ਮਹਾਰਾਜ ਪਤਾ ਕੀ ਆਖਣ ਲੱਗੇ, ਕਹਿੰਦੇ ਗੱਲ ਸੁਣੋ ਕੂਰਮਾ, ਉਦਣ ਸੇਵਾ ਸੀ ਦਿਲੋਂ, ਮਹਾਰਾਜ ਕਹਿੰਦੇ ਨੇ ਜਿਹੜੀ ਉਦਣ ਸੇਵਾ ਹੋ ਰਹੀ ਸੀ ਨਾ ਉਹ ਸੇਵਾ ਸੀ ਦਿਲੋਂ, ਪਰ ਅੱਜ ਦਿਲੋਂ ਨਹੀਂ, ਅੱਜ ਰੀਸ ਹੋ ਰਹੀ, ਬੋਲੋ ਸ਼੍ਰੀ, ਅੱਜ ਰੀਸ ਹੋ ਰਹੀ, ਉਦਣ ਸੇਵਾ ਦਿਲੋਂ ਸੀ। ਮਹਾਰਾਜ ਸਮਝਿਆ ਨਹੀਂ ਮੈਂ, ਕਹਿੰਦੇ ਗੱਲ ਸੁਣ, ਅੰਬਾਂ ਦੇ ਬਾਗ ਤੇ ਤੇਰੇ ਪਹਿਲਾਂ ਵੀ ਬੜੇ ਸੀ, ਅੰਬਾਂ ਦੇ ਬਾਗ ਤੇ ਪਹਿਲਾਂ ਵੀ ਇੰਨੇ ਸੀ, ਪਹਿਲਾਂ ਨਾ ਲਿਆ ਤੇ ਤੂੰ, ਤੂੰ ਵੇਖਿਆ ਵੀ ਉਹ ਖੁਸ਼ੀਆਂ ਲੈ ਗਿਆ ਤੇ ਮੈਂ ਵੀ ਆਪਦੇ ਅੰਬ ਲਿਆ ਕੇ ਖੁਸ਼ੀਆਂ, ਪਹਿਲਾਂ ਨਾ ਲੈ ਆਇਆ। ਮਹਾਰਾਜ ਕਿਰਪਾ ਕਰ ਦਿਓ, ਹੁਣ ਅੰਬ ਲੈ ਕੇ ਆਇਆ ਛਕ ਲਓ। ਮਹਾਰਾਜ ਕਹਿੰਦੇ ਹੁਣ ਨਹੀਂ, ਹੁਣ ਨਹੀਂ ਮੈਂ ਛਕਣੇ,
ਇਹ ਤੇ ਰੀਸ ਹੋ ਰਹੀ, ਰੀਸ ਵਾਲੇ ਥੋੜਾ ਪ੍ਰਮਾਣ ਹੁੰਦੇ ਨੇ ਇੱਥੇ, ਤੂੰ ਤੇ ਰੀਸ ਕੀਤੀ। ਮਹਾਰਾਜ ਫਿਰ ਹੁਣ ਕੀ ਕਰਾਂ? ਮਹਾਰਾਜ ਛਕ ਲਓ ਅੰਬ, ਕਹਿੰਦੇ ਨਾ ਹੁਣ ਨਹੀਂ ਛਕਦੇ। ਕਦੋਂ ਛਕੋਗੇ? ਫਿਰ ਛਕਾਂਗੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੇਰ ਛਕਾਂਗਾ ਅੰਬ। ਫੇਰ ਛਕਾਂਗਾ ਅੰਬ। ਮਹਾਰਾਜ ਫੇਰ ਕਦੋਂ ਛਕੋਗੇ? ਭਾਈ ਕੂਰਮਾ, ਐਡੀ ਦੂਰੋਂ ਅੰਬ ਲੈ ਕੇ ਆਇਆ, ਤੇਰਾ ਦਿਲ ਕਰਦਾ ਅੰਬ ਛਕਾਉਣ ਨੂੰ? ਕਹਿੰਦਾ ਮਹਾਰਾਜ ਭਾਵੇਂ ਮੈਂ ਰੀਸ ਕੀਤੀ, ਪਰ ਮੇਰਾ ਦਿਲ ਬੜਾ ਕਰਦਾ ਅੰਬਾਂ ਨਾਲ ਤੁਹਾਡੀ ਸੇਵਾ ਕਰਾਂ। ਮਹਾਰਾਜ ਕਹਿੰਦੇ ਅੱਛਾ। ਕਹਿੰਦੇ ਹੁਣ ਤੇ ਨਹੀਂ ਛਕਦੇ, ਫੇਰ ਮਹਾਰਾਜ ਦਿਲ ਬੜਾ ਕਰਦਾ ਛਕਾਉਣ ਨੂੰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਿਆ ਗੁਰਾਂ ਨੇ ਦਿਲ ਤੇਰੇ ਦੀ ਆਸ ਪੁਗਾਵਾਂਗੇ, ਕਿਆ ਗੁਰਾਂ ਨੇ ਦਿਲ ਤੇਰੇ ਦੀ ਆਸ ਪੁਗਾਵਾਂਗੇ, ਕਰੂ ਜਮਾਨਾ ਯਾਦ ਐਸੀ ਪ੍ਰੀਤ ਨਿਭਾਵਾਂਗੇ, ਕਰੂ ਜਮਾਨਾ ਯਾਦ ਐਸੀ ਪ੍ਰੀਤ ਨਿਭਾਵਾਂਗੇ, ਕਰੂ ਜਮਾਨਾ ਦਿਲ ਕਰਦਾ
ਅੰਬ ਛਕਾਉਣ ਨੂੰ ਕਹਿੰਦਾ ਮਹਾਰਾਜ ਕਿਰਪਾ ਕਰ ਦਿਓ। ਮਹਾਰਾਜ ਆਖਣ ਲੱਗੇ ਕਿਹਾ ਗੁਰਾਂ ਨੇ ਦਿਲ ਤੇਰੇ ਦੀ ਆਸ ਪੁਗਾਵਾਂਗੇ, ਕਰੂ ਜਮਾਨਾ ਯਾਦ ਐਸੀ ਪ੍ਰੀਤ ਨਿਭਾਵਾਂਗੇ, ਤੇਰੀ ਪ੍ਰੀਤ ਦੇ ਬੱਜੇ ਸੱਤਵੇਂ ਜਾਮੇ ਆਵਾਂਗੇ। ਮਹਾਰਾਜ ਸੱਤਵੇਂ ਜਾਮੇ, ਸਮਾਂ ਬੜਾ ਹੋ ਜਾਣਾ, ਅਜੇ ਤੇ ਪੰਜਵਾਂ ਜਾਮਾ, ਛੇਵਾਂ ਆਏਗਾ, ਫਿਰ ਸੱਤਵਾਂ ਆਏਗਾ। ਮਹਾਰਾਜ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ ਆਵਾਂਗਾ, ਛਕਾਂਗਾ ਅੰਬ, ਪਰ ਹੁਣ ਨਹੀਂ, ਸੱਤਵੇਂ ਜਾਮੇ ਆ ਕੇ ਛਕਾਂਗਾ। ਸੱਤਵੇਂ ਜਾਮੇ 'ਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਕਹਿੰਦਾ ਮਹਾਰਾਜ ਉਹਨੇ ਨੂੰ ਤੇ ਮੈਂ ਮਰ ਜਾਵਾਂਗਾ, ਬਿੰਦ ਦਾ ਨਹੀਂ ਪਤਾ, ਘੜੀ ਦਾ ਨਹੀਂ ਪਤਾ, ਮਹਾਰਾਜ ਮੇਰਾ ਸਵਾਸਾਂ ਦਾ ਕੋਈ ਭਰੋਸਾ ਹੈ? ਮਹਾਰਾਜ ਉਹਨੇ ਨੂੰ ਤੇ ਮੈਂ ਮਰ ਜਾਵਾਂਗਾ। ਕਹਿੰਦੇ ਕੂਰਮਾ ਤੂੰ ਮਰਦਾ ਵੀ ਨਹੀਂ, ਬੋਲੋ ਸ਼੍ਰੀ ਵਾਹਿਗੁਰੂ, ਮਰਦਾ ਨਹੀਂ ਤੂੰ, ਅੰਬ ਛਕਾਂਗੇ ਤੇਰੇ ਕੋਲ ਆ ਕੇ। ਦਿਲ ਵਿੱਚ ਤਾਂਗ ਹੋਣੀ ਚਾਹੀਦੀ, ਪਿਆਰ ਹੋਵੇ, ਉਡੀਕ ਹੋਵੇ। ਸਤਿਗੁਰੂ ਕੀ ਕਰਾਂ ਮੈਂ? ਕਹਿੰਦੇ ਚਲਿਆ ਜਾ ਆਪਣੇ ਖੇਤਾਂ 'ਚ, ਆਪਣੇ ਘਰ, ਆਵਾਂਗਾ, ਛਕਾਂਗਾ ਅੰਬ, ਸੱਤਵੇਂ ਜਾਮ, ਤੂੰ ਮਰਦਾ ਨਹੀਂ। ਕਹਿੰਦਾ ਜੀ ਮਹਾਰਾਜ ਉਡੀਕ ਕਰਾਂਗਾ ਮੈਂ। ਫਿਰ ਆਪਣੇ ਘਰਾਂ ਚਲਿਆ ਗਿਆ, ਖੇਤੀ ਕਰਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਯਾਦ ਕਰੀ ਜਾਂਦਾ ਮਹਾਰਾਜ ਨੂੰ, 24 ਘੰਟੇ ਯਾਦ ਰੱਖਦਾ ਹੈ। ਇੱਕ ਗੱਲ ਚੇਤੇ ਰੱਖਿਓ, ਜਿਸ ਬੰਦੇ ਅੰਦਰ ਮਾਲਕ ਨੂੰ ਮਿਲਣ ਦੀ ਤੜਫ ਲੱਗ ਜੇ ਨਾ ਇੱਕ ਦਿਨ ਤੜਫ ਵਜਾਉਣ ਵਾਲਾ ਮਹਾਰਾਜ ਆਉਂਦਾ ਜ਼ਰੂਰ ਹੈ। ਗੱਲ ਕੀ ਵੀ ਤੜਫ ਲੱਗਣੀ ਚਾਹੀਦੀ, ਸਾਨੂੰ ਇਹ ਤੜਫ ਹੀ ਨਹੀਂ ਲੱਗੀ ਸਾਨੂੰ, ਅਸੀਂ ਮਹਾਰਾਜ ਸਾਹਿਬ ਦੇ ਚਰਨਾਂ 'ਚ 90% ਲੋਕ ਮੱਥਾ ਟੇਕਦੇ ਹੀ ਤਾਂ ਨੇ ਵੀ ਗੁਰੂ ਮੰਗਾਂ ਪੂਰੀਆਂ ਕਰਦਾ, ਕਦੇ ਮਹਾਰਾਜ ਨੂੰ ਤਾਂ ਅਸੀਂ ਮੰਗਿਆ ਹੀ ਨਹੀਂ, ਇਸੇ ਕਰਕੇ ਮਹਾਰਾਜ ਨਹੀਂ ਸਾਡੇ ਕੋਲ ਆਉਂਦਾ। ਕਿਤੇ ਰੂਹਾਂ ਨੂੰ ਮਿਲੋ ਉਹਨਾਂ ਨੂੰ ਜਿਹੜੀਆਂ 24 ਘੰਟੇ ਸਵਾਸ ਸਵਾਸ ਵੀ ਸਾਨੂੰ ਕੱਖ ਨਹੀਂ ਚਾਹੀਦਾ ਮਾਲਕਾ, ਤੂੰ ਚਾਹੀਦਾ ਬਸ, ਯਾਦ ਕਰਦੇ ਨੇ ਜਿਹੜੇ ਭਾਈ ਗੁਰਮ ਦਿਨ ਰਾਤ ਯਾਦ ਕਰਦਾ ਹੈ ਮਹਾਰਾਜ। ਕਹਿੰਦੇ ਸਮਾਂ ਬੀਤਦਾ ਗਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 33 ਤਵੀ ਤੇ ਭਾ ਕੇ ਸ਼ਹੀਦ ਕੀਤੇ ਗਏ, ਸ਼ਹੀਦੀ ਹੋ ਗਈ ਮਹਾਰਾਜ ਦੀ। ਸਮਾਂ ਬੀਤਿਆ, ਵਾਰੀ ਆਈ 6ਵੇਂ ਪਾਤਸ਼ਾਹ ਦੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਕਹਿੰਦੇ ਭਾਈ ਕੂਰਮ ਉਡੀਕ ਕਰਦਾ ਹੈ, ਜਦੋਂ ਕਿਸੇ ਦੇ ਮਿਲਣ ਦੀ ਉਡੀਕ ਹੋਵੇ ਨਾ, ਜਿਹਦੇ ਨਾਲ ਬਾਹਲਾ ਪਿਆਰ ਹੋਵੇ, ਅਸੀਂ ਇੱਕ ਇੱਕ ਮਿੰਟ ਗਿਣ ਕੇ ਕੱਢਦੇ ਹਾਂ, ਹੁਣ ਵੀ ਆਵੇ। ਜਿਹਦੇ ਨਾਲ ਪਿਆਰ ਹੁੰਦਾ ਨਾ, ਮੰਨ ਲਓ ਕੋਈ ਬਾਹਰ ਚਲਿਆ ਜਾਏ, ਸਾਡਾ ਬਾਹਲਾ ਹੀ ਸਨੇਹ ਹੋਵੇ ਉਹਦੇ ਨਾਲ, ਆਪਾਂ ਕਹਿੰਦੇ ਕਿਹੜਾ ਵੇਲਾ ਹੋਵੇ ਮਿਲੇ ਤੇ ਸਹੀ ਆ ਕੇ ਸਾਨੂੰ, ਉਹ ਤੇ ਫੇਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਕੀਤੇ ਨੇ। ਤੜਫਦਾ ਹੈ, ਬੇਨਤੀ ਕਰਦਾ ਹੈ, ਬੋਲਿਓ ਗੱਜ ਬੱਜ ਕੇ ਸਰ। ਅੱਖੀਆਂ ਨਿਮਾਣੀਆਂ ਨੂੰ ਕਦੋਂ ਹੋਣਗੇ ਦਿਦਾਰੇ ਤੇਰੇ, ਅੱਖੀਆਂ ਨਿਮਾਣੀਆਂ ਨੂੰ ਹੋਣਗੇ ਦਿਦਾਰੇ ਤੇਰੇ, ਅੱਖੀਆਂ ਨਿਮਾਣੀਆਂ ਨੂੰ ਕਦੋਂ ਹੋਣਗੇ ਦਿਦਾਰੇ ਤੇਰੇ।
ਕਹਿੰਦੇ ਛੇਵੇਂ ਪਾਤਸ਼ਾਹ ਦਾ ਸਮਾਂ ਆਇਆ, ਸਾਰਾ ਜਾਮਾ ਲੰਘ ਗਿਆ, ਸਾਰਾ ਜਾਮਾ। ਪੰਜਵੇਂ ਪਾਤਸ਼ਾਹ ਗਏ, ਛੇਵੇਂ ਪਾਤਸ਼ਾਹ ਗੱਦੀ ਤੇ ਸਭਾਏਵਾਨ ਹੋ ਗਏ, ਮਹਾਰਾਜ ਵੀ ਜੋਤੀ ਜੋਤ ਸਮਾ ਗਏ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਫੇਰ ਵਾਰੀ ਆਈ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ, ਮਹਾਰਾਜ ਸਾਹਿਬ ਦੀ ਵਾਰੀ ਆਈ ਸੱਤਵੇਂ ਪਾਤਸ਼ਾਹ। ਕਹਿੰਦੇ ਏਦਾਂ ਹੀ ਨਾ ਮਹਾਰਾਜ, ਗੁਰੂ ਹਰ ਰਾਏ ਸਾਹਿਬ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਭਾਈ ਕੂਰਮ ਸੀ ਜਿਹੜਾ ਬਜ਼ੁਰਗ ਹੋ ਗਿਆ ਸੀ, ਉਦੋਂ ਸਰੀਰ ਸੀ ਬਜ਼ੁਰਗ ਹੋ ਗਿਆ, ਕਿਉਂਕਿ ਪੰਜਵੇਂ ਪਾਤਸ਼ਾਹ ਵੇਲੇ ਦਾ ਉਡੀਕ ਕਰਦਾ, ਛੇਵੇਂ ਪਾਤਸ਼ਾਹ ਦਾ ਵੇਲਾ ਲੰਘ ਗਿਆ। ਉਡੀਕ ਕਰਦਾ ਕਰਦਾ ਕਹਿੰਦੇ ਇੰਨੀ ਤੜਫ ਵੱਧ ਗਈ, ਸੁਣਿਓ, ਇੰਨੀ ਤੜਫ ਵੱਧ ਗਈ, ਪਤਾ ਲੱਗ ਗਿਆ ਵੀ ਸੱਤਵੇਂ ਪਾਤਸ਼ਾਹ ਗੁਰਗੱਦੀ ਤੇ ਬਹਿ ਗਏ ਨੇ। ਕਹਿੰਦੇ ਆਪਣੇ ਘਰੋਂ ਨਾ, ਪਹਿਲਾਂ ਆਪਣੇ ਘਰ ਰਹਿੰਦਾ ਸੀ ਕੂਰਮ, ਆਪਣੇ ਘਰੋਂ ਮੰਜਾ ਚੁੱਕਿਆ, ਮੰਜਾ ਆਪਣੇ ਘਰੋਂ ਚੁੱਕਿਆ ਤੇ ਆਪਣੇ ਬਾਗਾਂ 'ਚ ਡਾ ਲਿਆ ਨੇ। ਕਹਿੰਦਾ ਮਾਰੇ ਕਿਤੇ ਆਉਣ, ਮੈਂ ਘਰ ਬੈਠੇ ਹੀ ਨਾ ਰਹਿ ਜਾ, ਉਡੀਕ ਹੀ ਨਾ ਕਰਦੇ ਰਹਿ ਜਾਣ ਮਾਰੇ ਕਿਤੇ, ਮੇਰੀ ਮੈਂ ਉਡੀਕਣਾ ਮਾਰੇ ਨੂੰ ਬਾਗਾਂ 'ਚ ਹੀ। ਘਰਦਿਆਂ ਨੂੰ ਕਹਿੰਦਾ ਮੈਨੂੰ ਜਲ ਪਾਣੀ ਛਕਾਓ, ਮੈਨੂੰ ਕੁਛ ਵੀ ਲਿਆਓ, ਇੱਥੇ ਲਿਆ ਦਿਆ ਕਰੋ, ਮੈਂ ਆਪਣੇ ਪ੍ਰੀਤਮ ਦੀ ਯਾਦ ਵਿੱਚ ਵਾਜਾਂ ਮਾਰਨੀਆਂ, ਦਿਨ ਰਾਤ ਯਾਦ ਕਰਦਾ। ਸਾਧ ਸੰਗਤ ਜੀ, ਇਹ ਜਿੰਨੀਆਂ ਲੱਗਦੀਆਂ ਨੇ ਮਾਲਕ ਨਾਲ, ਜਿਹੜੇ ਤੜਫਦੇ ਨੇ ਮਾਲਕ ਨੂੰ ਮਿਲਣ ਵਾਸਤੇ, ਉਹਨਾਂ ਦੀਆਂ ਗੱਲਾਂ ਵੱਖਰੀਆਂ। ਇੱਕ ਪੜੀ ਸੀ ਧਾਰਨਾ ਪਿੱਛੇ ਜੀ, ਮੈਂ ਬੋਲਿਓ ਗੱਜ ਵੱਜ ਕੇ ਸਾਰੇ, ਜਿਹਨਾਂ ਦੀਆਂ ਲੱਗ ਜਾਂਦੀਆਂ ਨੇ ਉਹ ਨਹੀਂ ਰਹਿ ਸਕਦੇ। ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ, ਲੜ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ, ਲੱਗ ਗਈਆਂ ਜੀਦੀਆਂ ਦਾਤਾਰ ਨਾਲ ਅੱਖੀਆਂ, ਲੱਗ ਸੰਸਾਰ ਨਾਲ ਅੱਖੀਆਂ, ਉਹ ਕਦੋਂ ਮੇਲਦੇ ਸੰਸਾਰ ਨਾਲ ਅੱਖੀਆਂ, ਉਹ ਕਦੋਂ ਮੇਲਦੇ ਸੰਸਾਰ ਨਾਲ ਅੱਖੀਆਂ, ਉਹ ਕਦੋਂ ਮੇਲਦੇ ਸੰਸਾਰ ਨਾਲ ਅੱਖੀਆਂ, ਲੱਗ ਗਈਆਂ ਜੀਦੀਆਂ ਦਾਤਾਰ 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 ਨਾਲ ਅੱਖੀਆਂ, ਲੱਗ ਗਈਆਂ ਜੀਦੀਆਂ।
ਲੱਗ ਜਾਣ, ਉਹ ਕਿੱਥੇ ਰਹਿ ਸਕਦਾ ਹੈ? ਕਹਿੰਦੇ ਦਿਨ ਰਾਤ ਭਾਈ ਕੂਰਮ ਯਾਦ ਕਰਦਾ ਹੈ, ਦਿਨ ਰਾਤ ਮਹਾਰਾਜ ਨੂੰ ਬਾਗਾਂ 'ਚ ਬੈਠਾ ਹੈ। ਇੰਨਾ ਸਮਾਂ ਹੋ ਗਿਆ ਡੀਕਦੇ ਨੂੰ, ਕਹਿੰਦੇ ਇੱਕ ਦਿਨ ਨਾ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਕਹਿੰਦੇ ਬਾਗਾਂ ਵਿੱਚ ਕੋਈ ਯਾਦ ਪਿਆ ਕਰਦਾ ਹੈ। ਸਿੰਘਾਂ ਨੂੰ ਕਹਿੰਦੇ ਚਲੋ ਚੱਲੀਏ। ਮਹਾਰਾਜ ਘੋੜੇ 'ਤੇ ਸਵਾਰ ਹੋਏ, ਭਾਈ ਕੂਰਮ ਵੱਲ ਤੁਰ ਪਏ। ਜਦੋਂ ਘੋੜੇ 'ਤੇ ਸਵਾਰ ਹੋਏ, ਭਾਈ ਕੂਰਮ ਵੱਲ ਤੁਰੇ, ਬਾਗਾਂ 'ਚ ਮੰਜੀ ਡਾਹ ਕੇ ਬੈਠਾ, ਬਾਗਾਂ 'ਚ ਮੰਜੀ ਡਾਹ ਕੇ ਬੈਠਾ। ਕਹਿੰਦੇ ਦੋ ਸਿੰਘ ਆਏ, ਭਾਈ ਗੁਰੂ ਕੋਲ ਦੋ ਸਿੱਖ ਆਏ ਮਹਾਰਾਜ ਦੇ, ਗੁਰੂ ਹਰਿ ਸਾਹਿਬ ਮਹਾਰਾਜ ਦੇ, ਤੇ ਆ ਕੇ ਕਹਿੰਦੇ ਨੇ ਭਾਈ ਕੂਰਮ ਤੇਰਾ ਹੀ ਨਾਮ ਹੈ? ਜੀ ਮੇਰਾ ਹੀ ਨਾਮ ਹੈ। ਕਹਿੰਦੇ ਭਾਈ ਕੂਰਮ ਜੀ, ਤੁਹਾਡੇ ਬਾਗਾਂ ਵਿੱਚ ਸੱਤਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਆ ਰਹੇ। ਜਦੋਂ ਇੰਨੀ ਗੱਲ ਸੁਣੀ, ਕਹਿੰਦਾ ਮਹਾਰਾਜ ਆ ਰਹੇ ਨੇ, ਕਿੱਥੇ ਨੇ ਮਹਾਰਾਜ? ਕਹਿੰਦਾ ਤੁਹਾਡੇ ਬਾਗਾਂ ਵਿੱਚ ਤੁਰੇ ਆ ਰਹੇ, ਉਹ ਸਾਹਮਣੇ ਵੇਖ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਮਹਾਰਾਜ। ਦੋ ਜਾਮੇ ਹੋ ਗਏ ਡੀਕਦੇ ਨੂੰ, ਖੁਸ਼ੀ ਦੀ ਹੱਦ ਨਾ ਰਹੀ ਭਾਈ ਗੁਰਮ ਦੀ। ਐਡੇ ਵੱਡੇ ਗਰੀਬ ਨਿਵਾਜ ਉਡੀਕ ਕਰਦਾ ਸਾਂ, ਮਹਾਰਾਜ ਆ ਰਹੇ। ਕਹਿੰਦੇ ਸਾਹਮਣੇ ਵੇਖ, ਭਾਈ ਕੂਰਮ ਬਜ਼ੁਰਗ ਹੋ ਗਿਆ, ਕਹਿੰਦੇ ਮੰਜੀ ਤੋਂ ਉੱਠ ਕੇ ਖੜਾ ਹੋ ਗਿਆ, ਇਕਦਮ ਹੱਥ ਜੋੜ ਲਏ, ਸਤਿਗੁਰੂ ਆ ਰਹੇ ਨੇ। ਭਾਈ ਕੂਰਮ ਉੱਚੀ ਉੱਚੀ ਮਹਾਰਾਜ ਦੇ ਪਿਆਰ ਵਿੱਚ ਬੋਲਦਾ ਹੈ, ਬਲਿਹਾਰੇ ਬਲਿਹਾਰੇ ਉਹਨਾਂ ਸਾਹਿਬ। ਜਦੋਂ ਘੋੜੇ ਤੋਂ ਉਤਰੇ, ਭਾਈ ਕੂਰਮ ਨੇ ਮਹਾਰਾਜ ਦੇ ਚਰਨਾਂ 'ਚ ਸਿਰ ਰੱਖ ਲਿਆ, ਰੋ ਰੋ ਕੇ ਮਹਾਰਾਜ ਦੇ ਚਰਨ ਧੋਤੇ, ਰੋ ਰੋ ਕੇ ਚਰਨ ਧੋਤੇ ਮਹਾਰਾਜ ਦੇ। ਮਹਾਰਾਜ ਨੇ ਮੋਢਿਆਂ ਤੋਂ ਫੜ ਕੇ ਉਠਾਇਆ, ਭਾਈ ਕੂਰਮਾ ਰੋ ਨਾ ਮਹਾਰਾਜ, ਐਡੇ ਵੱਡੇ ਗਰੀਬ ਨਿਵਾਜ, ਮਹਾਰਾਜ ਐਡੀ ਵੱਡੀ ਗਰੀਬ ਨਿਵਾਜੀ, ਮੈਨੂੰ ਤੇ ਐਂ ਸੀ ਵੀ ਕਿਤੇ ਐਵੇਂ ਸਰੀਰ ਲੰਘ ਜਾਣਾ। ਮਹਾਰਾਜ ਮੈਂ ਉਡੀਕ ਬੜੀ ਕਰੀ ਤੁਹਾਡੀ, ਉਡੀਕ ਬੜੀ ਕਰੀ। ਸਤਿਗੁਰੂ ਆਖਣ ਲੱਗੇ ਭਾਈ ਕੂਰਮ ਨੂੰ, ਫਟਾਫਟ ਉਹਨੇ ਨਾ ਬਿਸਤਰਾ ਜਿੱਥੇ ਆਪ ਮੰਜੀ 'ਤੇ ਬੈਠਾ ਸੀ, ਮਹਾਰਾਜ ਇੱਥੇ ਸਜੋ, ਖੁਸ਼ੀ ਦੀ ਹੱਦ ਨਾ ਰਹੀ, ਇੱਥੇ ਬੈਠੋ। ਮਹਾਰਾਜ ਨੂੰ ਜਦੋਂ ਪਾਇਆ ਨਾ ਉਹਨੇ ਮੰਜੀ 'ਤੇ,
ਤੇ ਸਤਿਗੁਰੂ ਨੂੰ ਕਹਿੰਦਾ ਹੈ ਹੱਥ ਜੋੜੇ ਕਹਿੰਦਾ ਮਹਾਰਾਜ ਜੀ ਕਹਿੰਦਾ ਜਲ ਪਾਣੀ ਲਿਆਈਏ ਮਹਾਰਾਜ ਭੋਜਨ ਛਕੋਗੇ ਪ੍ਰਸ਼ਾਦਾ ਛਕਾਵਾਂ ਮਹਾਰਾਜ ਜੀ ਮੇਰੇ ਘਰ ਚੱਲੋ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਉਸ ਵੇਲੇ ਮਹਾਰਾਜ ਜੀ ਪ੍ਰਸ਼ਾਦਾ ਛਕਾਉਣਾ ਤੁਹਾਨੂੰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਕੂਰਮਾ ਪੰਜਵੇਂ ਜਾਮੇ 'ਚ ਤੇਰੇ ਨਾਲ ਪ੍ਰਸ਼ਾਦੇ ਦਾ ਵਚਨ ਨਹੀਂ ਹੋਇਆ ਤੇਰੇ ਨਾਲ ਵਚਨ ਅੰਬ ਛਕਣ ਦਾ ਹੋਇਆ ਸੀ ਤੇ ਅੰਬ ਛਕਣੇ ਨੇ ਬੋਲੋ ਸ਼੍ਰੀ ਸ਼੍ਰੀ ਵਾਹਿਗੁਰੂ ਅਸੀਂ ਤੇ ਅੰਬ ਛਕਣੇ ਨੇ ਅੰਬ ਲਿਆ ਭਾਈ ਏਦਾਂ ਸਤਿਗੁਰੂ ਬੈਠੇ ਨੇ ਮੰਜੀ ਤੇ ਕਿਆ ਉਹ ਸੀਨ ਹੋਏਗਾ ਕੂਰਮਾ ਪ੍ਰਸ਼ਾਦਾ ਥੋੜਾ ਛਕਣਾ ਸੀ ਅੰਬ ਛਕਾ ਭਾਈ ਕੂਰਮ ਹੱਥ ਜੋੜ ਕੇ ਕਹਿੰਦਾ ਕਹਿੰਦਾ ਮਹਾਰਾਜ ਜੀ ਕਹਿੰਦਾ ਅੰਬ ਕਿੱਥੋਂ ਲਿਆਵਾਂ ਪੋਹ ਦਾ ਮਹੀਨਾ ਜਦੋਂ ਮਹਾਰਾਜ ਆਏ ਸੀ ਨਾ ਪੋਹ ਦਾ ਮਹੀਨਾ ਕਹਿੰਦਾ ਮਹਾਰਾਜ ਜੀ ਅੰਬ ਤੇ ਹੁੰਦੇ ਨੇ ਗਰਮੀ ਚ ਅੰਬ ਤੇ ਗਰਮੀ ਚ ਹੁੰਦੇ ਨੇ ਠੰਡ ਚ ਅੰਬ ਥੋੜਾ ਹੁੰਦੇ ਨੇ ਮਹਾਰਾਜ ਮਹੀਨਾ ਤੇ ਵੇਖੋ ਪੋਹ ਦਾ ਚੱਲਦਾ ਹੈ ਮਹਾਰਾਜ ਹੱਥ ਜੋੜ ਕੇ ਖੜ ਗਿਆ ਕਹਿੰਦਾ ਸਤਿਗੁਰੂ ਮੇਰੀ ਜਾਨ ਮੇਰੇ ਕੋਲ ਏ ਜਿੰਦ ਮੇਰੇ ਕੋਲ ਏ ਇਹ ਚਾਹੀਦੀ ਏ ਇਹ ਮੰਗ ਲਓ ਹਾਜ਼ਰ ਕਰ ਦਿੰਦਾ ਜੋ ਕਹੋ ਮੈਂ ਹਾਜ਼ਰ ਕਰ ਸਕਦਾ ਪਰ ਮਹਾਰਾਜ ਅੰਬ ਅੰਬ ਕਿੱਥੋਂ ਛਕਾਵਾਂ ਮੈਂ ਅੰਬ ਨਹੀਂ ਏ ਰੁੱਤ ਥੋੜਾ ਅੰਬ ਦੀ ਅੰਬ ਤੇ ਗਰਮੀਆਂ ਚ ਹੁੰਦੇ ਨੇ ਕਹਿੰਦੇ ਅੱਛਾ ਤੇਰੇ ਨਾਲ ਵਚਨ ਕੀ ਹੋਇਆ ਸੀ ਕਹਿੰਦੇ ਅੰਬ ਛਕਾਉਣ ਦਾ ਮਹਾਰਾਜ ਜੇ ਮੇਰੇ ਕੋਲ ਅੰਬ ਹੁੰਦੇ ਮੇਰਾ ਦਿਲ ਬੜਾ ਕਰਦਾ ਅੰਬਾਂ ਦਾ ਵਚਨ ਹੋਇਆ ਮੈਂ ਅੰਬ ਹੀ ਛਕਾਉਣੇ ਸੀ ਤੁਹਾਨੂੰ ਪ੍ਰਸ਼ਾਦੇ ਬਾਰੇ ਪੁੱਛਣਾ ਹੀ ਨਹੀਂ ਸੀ ਇਹਨੇ ਤੇਰਾ ਦਿਲ ਕਰਦਾ ਅੰਬ ਛਕਾਉਣ ਨੂੰ ਕਹਿੰਦਾ ਵਚਨ ਤੇ ਇਹੀ ਹੋਇਆ ਦਿਲ ਕਰਦਾ ਕਹਿੰਦੇ ਗੱਲ ਸੁਣ ਗੁਰੂ ਹਰਿਰਾਏ ਸਾਹਿਬ ਮਹਾਰਾਜ ਇਹਦਾ ਮੋਢੇ ਤੇ ਰੱਖਿਆ ਹੱਥ ਮਹਾਰਾਜ ਆਖਣ ਲੱਗੇ ਕਹਿੰਦੇ ਗੱਲ ਸੁਣ ਤੂੰ ਹੋ ਗਿਆ 70-72 ਸਾਲ ਦੀ ਉਮਰ ਹੋ ਗਈ ਤੇਰੀ ਮਹਾਰਾਜ ਕਹਿੰਦੇ ਤੂੰ ਹੋ ਗਿਆ 70-72 ਕਹਿੰਦੇ ਗੱਲ ਸੁਣ ਤੈਨੂੰ ਦਿਖਦਾ ਘੱਟ ਹੈ ਮਹਾਰਾਜ ਕਹਿੰਦੇ 70-72 ਸਾਲ ਦੀ ਉਮਰ ਹੋ ਗਈ ਦਿਖਦਾ ਘੱਟ ਐਵੇਂ ਝੂਠੀ ਬੋਲੀ ਜਾਂਦਾ ਹੈ ਉਹ ਵੇਖਦੇ ਸਹੀ ਉੱਤੇ ਨੂੰ ਨਿਗਾਹ ਮਾਰ ਕੇ ਕਹਿੰਦੇ ਜਦੋਂ ਉੱਤੇ ਨੂੰ ਨਿਗਾਹ ਮਾਰੀ ਭਾਈ ਕੂਰਮ ਨੇ ਸਾਰਾ ਬਾਗ ਕਹਿੰਦੇ ਅੰਬਾਂ ਨਾਲ ਲੱਦਿਆ ਗਿਆ ਸਾਰਾ ਬਾਗ ਪੋਹ ਦਾ ਮਹੀਨਾ ਸਾਰਾ ਬਾਗ ਡੱਕਾ ਡੱਕ ਅੰਬਾਂ ਨਾਲ ਸਾਰੀਆਂ ਟਾਹਣੀਆਂ ਮਗਨ ਉਹ ਵੇਖ ਇੰਨੇ ਤੇ ਅੰਬ ਲੱਗੇ ਨੇ ਭਾਈ ਕੂਰਮ ਚਰਨਾਂ ਤੇ ਢਹਿ ਪਿਆ ਮਹਾਰਾਜ ਪੋਹ ਦੀ ਰੁੱਤ ਅੰਬ ਹੁਣ ਤੇ ਅਜੇ ਕੁਛ ਵੀ ਨਹੀਂ ਸੀ ਓਏ ਹੈ ਉਹ ਕਹਿਣ ਵਾਲੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜਗ ਕਮਲਾ ਕੀ ਜਾਣੇ ਜੋਜ ਮੇਰੇ ਪੀ ਸਮਝੇ 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 ਜਗ ਕਮਲਾ ਕੀ ਜਾਣੇ ਜੋਜ ਮੇਰੇ ਪੀ ਜਾਣੇ ਜਗ ਕਮਲਾ ਕੀ ਜਾਣੇ
ਜਾਣ ਸਕਿਆ ਕਹਿੰਦੇ ਵੇਖ ਲਾ ਅੰਬ ਛਕਾ ਸਾਨੂੰ ਪੋਹ ਦੇ ਮਹੀਨੇ ਵਿੱਚ ਸਾਰ ਸੰਗਤ ਜੀ ਅੰਬ ਲੱਗੇ ਧੰਨ ਗੁਰੂ ਹਰ ਰਾਇ ਸਾਹਿਬ ਮਹਾਰਾਜ ਨੇ ਛਕੇ ਅੰਬ ਉਹਨੇ ਤਾਰ ਕੇ ਲਿਆਂਦੇ ਸੰਗਤਾਂ ਨੂੰ ਛਕਾਏ ਆਪ ਛਕੇ ਮਹਾਰਾਜ ਕਹਿੰਦੇ ਹੁਣ ਦੱਸ ਪੂਰਮਾ ਉਦੋਂ ਰੀਸ ਸੀ ਅੱਜ ਸੇਵਾ ਦਿਲੋਂ ਹੋ ਰਹੀ ਹੈ ਦੱਸ ਕੀ ਜਾਈ ਦੱਸ ਰਾਜਾ ਬਣਾ ਦੇ ਦੱਸ ਕੀ ਜਾਈ ਬੋਲ ਇੱਕ ਵਾਰੀ ਭਾਈ ਕੂਰਮ ਹੱਥ ਜੋੜ ਲੈ ਤੈਨੂੰ ਰਾਜਾ ਬਣਾ ਦਿਆਂ ਧਨ ਦੇ ਦੀਏ ਤੇਰੀ ਉਮਰ ਵਧਾ ਦਿਆਂ ਇੱਕ ਵਾਰੀ ਬੋਲ ਇੰਨੀ ਉਡੀਕ ਕੀਤੀ ਇੰਨਾ ਪਿਆਰ ਕਰਦਾ ਹੈ ਦੱਸ ਕੀ ਚਾਹੀਦਾ ਹੈ ਭਾਈ ਕੂਰਮ ਇੱਕੋ ਗੱਲ ਕਹਿੰਦਾ ਹੈ ਰਾਜ ਨਾ ਚਾਹੂ ਮੁਕਤ ਨਾ ਚਾਹੂ ਮੁਕਤੀ ਦੀ ਵੀ ਲੋੜ ਨਹੀਂ ਮਹਾਰਾਜ ਇੱਥੇ ਆ ਕੇ ਕਹਾਣੀ ਮੁੱਕਦੀ ਜਿੱਦਣ ਐ ਪ੍ਰਵਾਨ ਹੁੰਦੇ ਆ ਫਿਰ ਗੱਲਾਂ ਹੀ ਵੱਖਰੀਆਂ ਬੋਲਦਾ ਹੈ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਚਰ ਕਮਲਾਰੇ ਪ੍ਰੀਤ ਚਰਨ ਕਮਲਾਰੇ ਮਾਰੇ ਕੁਛ ਨਹੀਂ ਚਾਹੀਦਾ ਕਹਿੰਦੇ ਘੁੱਟ ਕੇ ਗਲਵੱਕੜੀ ਨਾਲ ਲਾਇਆ ਪੂਰਮਾ ਤੇਰੇ ਲੋਕ ਸੁਖੀ ਪਰ ਲੋਕ ਸਹੀ ਇੰਨਾ ਪਿਆਰ ਦਿੱਤਾ ਤੇ ਉਹ ਜਗ੍ਹਾ ਜਿੱਥੇ ਮਹਾਰਾਜ ਨੇ ਅੰਬ ਲਾਏ ਸੀ ਤੁਸੀਂ ਸੱਤ ਪੇਸ ਮੋਹਾਲੀ ਹੁਣ ਵੀ ਤੁਹਾਡੇ ਚ ਬੜਿਆਂ ਨੇ ਦਰਸ਼ਨ ਕੀਤੇ ਹੋਣੇ ਅੱਜ ਵੀ ਉੱਥੇ ਗੁਰਦੁਆਰਾ ਸ਼ਸ਼ੋਭਤ ਤੇ ਗੁਰਦੁਆਰਾ ਅੰਬ ਸਾਹਿਬ ਦੀ ਤਰਫ ਉੱਥੋਂ ਦਾ ਇਤਿਹਾਸ ਹੈ ਨੇੜੇ ਹੀ ਪੈਂਦਾ ਅੰਬ ਸਾਹਿਬ ਉੱਥੇ ਗੁਰਦੁਆਰਾ ਅੰਬ ਸਾਹਿਬ ਅੱਜ ਵੀ ਬਣਿਆ ਤੇ ਸੁਣਿਓ ਕਈ ਸ਼ੰਕੇ ਵੀ ਕਰਦੇ ਸੀ ਵੀ ਐਂ ਕਿੱਦਾਂ ਲੱਗ ਜਾਣਗੇ ਪੋਹ ਦੇ ਮਹੀਨੇ ਅੰਬ ਆ ਪਿੱਛੇ ਜੀ ਪੋਹ ਦੇ ਮਹੀਨੇ ਅੰਬ ਲੱਗੇ ਵੀ ਸੀ ਉੱਥੇ ਉਹ ਸਤਿਗੁਰੂ ਇਹ ਜੋ ਮਰਜ਼ੀ ਕਰ ਸਕਦੇ ਨੇ ਮਹਾਰਾਜ ਧੰਨ ਗੁਰੂ ਹਰ ਰਾਇ ਸਾਹਿਬ ਮਹਾਰਾਜ ਇੰਨਾ ਪਿਆਰ ਮਹਾਰਾਜ ਨੇ ਕੀਤਾ ਸਤਸੰਗ ਜੀ ਗੱਲ ਕੀ ਸੇਵਾ ਗੱਲ ਕੀ ਭਾਵਨਾ ਸ਼ਰਧਾ ਸਾਡੀ ਸ਼ਰਧਾ ਬਣ ਜਾਏ ਸਾਡੀ ਭਾਵਨਾ ਬਣ ਜਾਏ ਭਰੋਸਾ ਬਣ ਜਾਏ ਰੀਸ ਨਹੀਂ ਚੱਲਦੀ ਗੁਰੂ ਨਾਨਕ ਦੇ ਘਰ 'ਚ ਕਰਨੀ ਪ੍ਰਧਾਨ ਹੈ ਕਰਨੀ ਪ੍ਰਧਾਨ ਹੈ ਇੱਥੇ ਜਿਹੜਾ ਨੀਵਾਂ ਹੋ ਕੇ ਆਏਗਾ ਨਿਮਾਣਾ ਹੋ ਕੇ ਆਏਗਾ ਉਸੇ ਦੀ ਕਿਰਪਾ ਹੋਣੀ ਤੇ ਜਿੱਦਣ ਗੁਰੂ ਨਾਨਕ ਦੇ ਘਰ ਦੇ ਦੀਵਾਨੇ ਬਣ ਗਏ ਬਸ ਇੱਕੋ ਬੇਨਤੀ ਕਰਿਆ ਕਰੋ ਆਪਣੇ ਸਿੱਖ ਬਣਾ ਲੈ ਨਾਮ ਜਪਣ ਲੱਗ ਜਾਓ ਭਗਤੀ ਕਰਨ ਲੱਗ ਜਾਓ ਬੰਦਗੀ ਕਰਨ ਲੱਗ ਜਾਓ ਆਪਣੇ ਮੂਲ ਦੀ ਪਛਾਣ ਕਰਨ ਲੱਗ ਜਾਓ ਜ਼ਿੰਦਗੀ ਦੇ ਨਜ਼ਾਰੇ ਬਦਲ ਜਾਣ ਜ਼ਿੰਦਗੀ ਦੀਆਂ ਖੁਆਇਸ਼ਾਂ ਬੜੀਆਂ ਨੇ ਜ਼ਿੰਦਗੀ ਦੀਆਂ ਲੋੜਾਂ ਬੜੀਆਂ ਨੇ ਸੁਣਿਆ
ਜਿੱਦਣ ਤੁਸੀਂ ਮਾਲਕ ਨੂੰ ਖੁਸ਼ ਕਰਨਾ ਸ਼ੁਰੂ ਕਰਤਾ, ਜਿੱਦਣ ਆਪਣੇ ਮਾਲਕ ਨੂੰ ਸਮਰਪਿਤ ਹੋ ਗਏ, ਕੱਲੀ ਕੱਲੀ ਚੀਜ਼ ਮੰਗਣ ਦੀ ਲੋੜ ਨਹੀਂ, ਤੂੰ ਸਮਰਪਿਤ ਹੋ ਜਾ, ਫਿਰ ਮਾਲਕ ਨੂੰ ਪਤਾ ਵੀ ਤੈਨੂੰ ਕੀ ਚਾਹੀਦਾ, ਫਿਰ ਮਾਲਕ ਨੂੰ ਇਹ ਵੀ ਪਤਾ ਵੀ ਤੈਨੂੰ ਨੌਕਰੀ ਚਾਹੀਦੀ, ਉਹਨੂੰ ਇਹ ਵੀ ਪਤਾ ਤੇਰੇ ਘਰ 'ਚ ਰੋਟੀ ਵੀ ਪੱਕਦੀ ਹੋਣੀ ਚਾਹੀਦੀ, ਉਹਨੂੰ ਇਹ ਵੀ ਪਤਾ ਵੀ ਤੈਨੂੰ ਵੀਜ਼ਾ ਕੈਨੇਡਾ ਰੱਖ ਕੇ ਮੈਂ ਸੁੱਖ ਦੇਣਾ ਜਾਂ ਤੈਨੂੰ ਇੰਡੀਆ ਰੱਖ ਕੇ ਸੁੱਖ ਦੇਣਾ, ਇਹ ਮਾਲਕ ਨੇ ਤੈਅ ਕਰਨਾ। ਫਿਰ ਜਿੱਦਣ ਮਹਾਰਾਜ ਦੇ ਚਰਨਾਂ ਨਾਲ ਲੱਗ ਗਈ ਤੇ ਬੇਨਤੀ ਇਹ ਵਾ, ਬਸ ਲਾਉਣਾ ਸ਼ੁਰੂ ਕਰੋ ਮਾਲਕ ਦੇ ਚਰਨਾਂ ਨਾਲ, ਜਿਹਨਾਂ ਲਾਈਆਂ ਸੁਨਹਿਰੀ ਅੱਖਰਾਂ ਚੁਣਾਂ ਦੇ ਅੱਜ ਵੀ ਨਾ ਬੋਲ, ਜਿਹਨਾਂ ਮਹਾਰਾਜ ਦੇ ਚਰਨਾਂ ਨਾਲ ਲਾਈਆਂ। ਸਾਡੀ ਕਿੱਥੇ ਲੱਗੀ? ਸਾਡੀ ਤੇ ਅਜੇ ਆਂਡਿਆਂ ਦੀ ਰੇਹੜੀ ਨਾਲ ਲੱਗੀ, ਸ਼ਰਾਬ ਦੇ ਠੇਕੇ ਨਾਲ ਲੱਗੀ, ਸਾਡੀ ਕਿੱਥੇ ਲੱਗੀ ਮਹਾਰਾਜ ਨਾਲ? ਮੈਂ ਰੋਜ਼ ਗੁਰਦੁਆਰੇ ਵੀ ਜਾਂਦਾ, ਆ ਕੇ ਫਿਰ ਪੈਗ ਪਿਆਲਾ ਵੀ ਲਾ ਲੈਂਦਾ, ਸਾਡੀ ਕਿਹਾ ਹੈ ਨਹੀਂ ਬਾਈ। ਮੈਂ ਆਨੰਦਪੁਰ ਸਾਹਿਬ ਵੀ ਜਾਂਦਾ, ਫਤਿਹਗੜ੍ਹ ਸਾਹਿਬ ਵੀ, ਮੈਂ ਤੇ ਬਾਬਾ ਜੀ 10 ਸਾਲ ਹੋ ਗਏ ਕਦੇ ਸਭਾ ਤੇ ਨਾਗਾ ਨਹੀਂ ਪਾਇਆ, ਕਦੇ ਸਭਾ 'ਚ ਬੜੇ ਲੋਕ ਮਿਲਦੇ ਨੇ। ਆਨੰਦਪੁਰ ਸਾਹਿਬ ਜਾਂਦੇ ਹਾਂ, ਫਤਿਹਗੜ੍ਹ ਸਾਹਿਬ, ਹਰਿਮੰਦਰ ਸਾਹਿਬ ਹਰ ਮਹੀਨੇ ਜਾਈਦਾ। ਮੇਰੀ ਗੱਲ ਸੁਣੋ, ਜੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਗੁਰਬਾਣੀ ਦਿਲ 'ਚ ਨਹੀਂ ਵਸਾਉਣੀ ਤਾਂ ਕੀ ਹਰਿਮੰਦਰ ਸਾਹਿਬ ਗਿਆ ਤਾਰ ਦੂ, ਆਨੰਦਪੁਰ ਸਾਹਿਬ ਗਿਆ ਤਾਰ ਦੂ? 20-20 ਸਾਲ ਹੋ ਗਏ ਜਾਂਦਿਆਂ ਨੂੰ ਉਵੇਂ ਜਿਵੇਂ ਤੁਰੇ ਫਿਰਨੇ। ਕਿੰਨੇ ਕੁ ਨੇ ਜਿਹੜੇ ਰੋਜ਼ ਨਾਮ ਦਾ ਰਸ ਲੈਂਦੇ ਨੇ, ਮਨ ਸਾਡੇ ਐਂ ਪੁੱਜਦੇ ਨੇ ਜਿਵੇਂ ਭੱਠੀ 'ਚ ਦਾਣੇ ਪੁੱਜਦੇ ਹੋਣ। ਜਾਣੇ ਜ਼ਰੂਰ ਆ, ਹੁਣ ਹੋਲਾ ਮਹੱਲਾ ਆਇਆ ਸੀ ਨਾ ਫਤਿਹਗੜ੍ਹ ਸਾਹਿਬ, ਟਰਾਲੀਆਂ ਭਰ ਭਰ ਕੇ ਨੌਜਵਾਨ ਬੁਲਟ ਲੈ ਕੇ ਸਲੰਸਰ ਖੋਲ ਖੋਲ ਜਾਂਦੇ ਨੇ ਵੀ ਕਿਤੇ ਪਟਾਕੇ ਪਾਉਣ ਨਾਲ ਮਹਾਰਾਜ 10ਵੇਂ ਪਾਤਸ਼ਾਹ ਖੁਸ਼ ਹੋਣਗੇ। ਹਾਂਜੀ, ਤੁਸੀਂ ਵੇਖੋ ਵੀ ਪਟਾਕੇ ਬੁਲਟ ਦੇ ਪਟਾਕੇ ਪਾਓ, ਫਿਰ ਲੰਮੀਆਂ ਲੰਮੀਆਂ ਰੇਸਾਂ ਦਿਓ, ਵੱਡੇ ਵੱਡੇ ਝੰਡੇ ਭਾਵੇਂ 10-10 ਫੁੱਟ ਦੇ ਲਾ ਲਓ, ਆਏ ਗੁਰੂ ਗੋਬਿੰਦ ਸਿੰਘ ਨੇ ਖੁਸ਼ ਨਹੀਂ ਹੋਣਾ। ਖੁਸ਼ ਉਹਨੇ ਉਦਣ ਹੋਣਾ ਜਿੱਦਣ ਤੂੰ ਕੇਸਾਂ ਧਾਰੀ ਹੋ ਕੇ ਜਾਏਗਾ, ਅੰਮ੍ਰਿਤ ਧਾਰੀ ਹੋ ਕੇ ਜਾਏਗਾ। ਬੇਨਤੀ ਕਰਦਾ ਹੁੰਦਾ ਮੈਂ, ਤੇਰੇ ਅੰਦਰੋਂ ਮੇਲ ਨਾ ਜਾਵੇ, ਤੇਰੇ ਅੰਦਰੋਂ ਮੇਲ ਨਾ ਜਾਵੇ, ਨਹਾਉਂਦਾ ਫਿਰੇ ਪੀਰ ਸਾਹੇ, ਤੇਰੇ ਅੰਦਰੋਂ ਮੇਲ ਨਾ ਜਾਵੇ, ਨਹਾਉਂਦਾ ਫਿਰੇ ਪੀਰ ਸਾਹੇ, ਤੇਰੇ ਅੰਦਰੋਂ ਮੇਲ ਨਾ ਜਾਵੇ, ਨਹਾਉਂਦਾ ਫਿਰੇ ਪੀਰ ਸਾਹੇ, ਤੇਰੇ ਅੰਦਰੋਂ ਮੇਲ ਨਾ ਜਾਵੇ, ਨਹਾਉਂਦਾ ਫਿਰੇ ਪੀਰ ਸਾਹੇ, ਤੇਰੇ ਅੰਦਰੋਂ ਮੇਲ ਨਾ ਜਾਵੇ, ਨਹਾਉਂਦਾ ਫਿਰੇ ਪੀਰ ਸਾਹੇ, ਤੇਰੇ ਅੰਦਰੋਂ ਮੇਲ ਨਾ ਜਾਵੇ, ਨਹਾਉਂਦਾ ਫਿਰੇ ਪੀਰ ਸਾਹੇ, ਨਹਾਉਂਦਾ ਫਿਰੇ ਜੀ ਚੋਰ। ਜਿੱਥੇ ਵੀ ਜਾਓ ਆਨੰਦ ਲਓ, ਰਸ ਲਓ ਗੁਰਬਾਣੀ ਦਾ, ਸਿਮਰਨ ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ। ਸਰ ਸੰਗਤ ਜੀ, ਸੰਤ ਬਣਨਾ ਹੈ, ਸਾਧੂ ਬਣਨਾ ਹੈ, ਇਹ ਕਿਸੇ ਕੱਪੜੇ ਦਾ, ਕਿਸੇ ਸਰੀਰ ਦਾ ਨਾਮ ਨਹੀਂ, ਸਾਧਨਾ ਦਾ ਨਾਮ ਸੰਤ ਹੈ। ਉਹ ਕਿਸੇ ਨੇ ਪੈਂਟ ਸ਼ਰਟ ਪਾਈ, ਭਾਵੇਂ ਕੁੜਤਾ ਪਜਾਮਾ ਪਾਇਆ, ਸਰ ਸੰਗਤ ਜਿਹਦਾ ਮਨ ਰੰਗਿਆ ਗਿਆ ਸਾਧੂ, ਜਿਹਨੇ ਮਨ ਸਾਧ ਲਿਆ ਉਹ ਸਾਧੂ ਸੰਤ ਹੈ। ਜਿੱਦਣ ਉਸ ਮਾਲਕ ਦੇ ਆਨੰਦ ਵਿੱਚ ਚਲੇ ਗਏ, ਫਿਰ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਦੀਆਂ ਧਾਰਨਾ ਮੈਂ ਹਮੇਸ਼ਾ ਪੜ੍ਹਦਾ ਹੁੰਦਾ,
ਮੈਨੂੰ ਹੁਕਮ ਹੋਇਆ ਨੌਜਵਾਨਾਂ ਵੱਲੋਂ ਕੱਲੀ ਕੱਲੀ ਧਾਰਨਾ ਮੈਂ ਲਿਓ ਮਹਾਰਾਜ ਸਾਹਿਬ ਮਿਹਰ ਕਰਨ ਗੱਜ ਵਰ ਕੇ ਨਾਲ ਨਾਲ ਸਾਰੇ ਬੋਲਣ ਦਾ ਯਤਨ ਕਰਿਓ। ਬਹੁਤ ਬਹੁਤ ਪਿਆਰ ਤੁਸੀਂ ਬਖਸ਼ਦੇ ਹੋ, ਬਹੁਤ ਸੋਸ਼ਲ ਮੀਡੀਆ 'ਤੇ ਸੰਗਤਾਂ ਬਹੁਤ ਖੁਸ਼ੀਆਂ ਅਸੀਸਾਂ ਬਖਸ਼ਦੀਆਂ ਨੇ। ਇਸੇ ਤਰ੍ਹਾਂ ਬਸ ਮਹਾਰਾਜ ਸਾਹਿਬ ਦੇ ਦਰ ਘਰ ਦੀ ਸੇਵਾ ਕਰਦੇ ਰਹੀਏ। ਕੋਈ ਰਸਨਾ ਵਾਂਝ ਨਾ ਰਹੇ, ਨਾਲ ਨਾਲ ਬੋਲਿਓ ਜਿਹਨਾਂ ਨੂੰ ਸਮਝ ਆਉਂਦੀ। ਹੋ ਪਿਤਾ ਕਾਲੂ ਨੂੰ ਬੇਤ ਪਿਆਰਾ, ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ। ਪਿਤਾ ਕਾਲੂ ਨੂੰ ਬੇਤ ਪਿਆਰਾ, ਮਾਂ ਤ੍ਰਿਪਤਾ ਦੀ ਅੱਖ ਦਾ ਤਾਰਾ। ਅੱਜ ਦਾ ਜੰਮਿਆ ਬਾਲ ਪਿਆਰਾ, ਜਿੱਥੇ ਬਾਬੇ ਜਨਮ ਲਿਆ ਨਨਕਾਣਾ ਹੋਣੀ ਥਾ। ਭੈਣ ਨਾਨਕੀ ਕਹੇ ਵੀ ਨਾਨਕ ਰੱਖਣਾ ਨਾ, ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ। ਮੁਖੜਾ ਤੱਕ ਕੇ ਟੁੱਟਦਾ ਦੁਖੜਾ, ਕਹਾਂ ਵੀਰ ਕਹਾਂਗੇ ਚੰਨ ਦਾ ਮੁਖੜਾ ਤੱਕ ਕੇ ਟੁੱਟਦਾ ਦੁਖੜਾ, ਮੁਖੜਾ ਤੱਕ ਕੇ ਟੁੱਟਦਾ ਦੁਖੜਾ। ਜਦੋਂ ਪਿਆਰ ਦੇ ਨਾਲ ਬੁਲਾ, ਉਹ ਜਦੋਂ ਪਿਆਰ ਦੇ ਨਾਲ ਬੁਲਾ, ਫੜ ਕੇ ਉੱਠਦਾ ਬਾਹ। ਭੈਣ ਨਾਨਕੀ ਕਹੇ ਵੀ ਨਾਨਕ ਰੱਖਣਾ ਨਾ, ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ, ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾ, ਭੈਣ ਨਾਨਕੀ ਕਹੇ ਵੀਰ ਦਾ। ਹੋ ਚਿੱਤ ਕਰਦਾ ਬੰਦ ਦੇਵਾਂ ਸਿਹਰਾ, ਇੱਕ ਦਿਨ ਦਾ ਅਜੇ ਵੀਰ ਹੈ ਮੇਰਾ। ਚਿੱਤ ਕਰਦਾ ਲਾਡ ਲਡਾਉਂਦੀ ਨਾ ਮੈਂ ਥੱਕਦੀ, ਰੁੱਸ ਨਾ ਜਾਵੇ ਵੀਰੇ ਮੇਰਾ।
ਸੰਗਤਾਂ ਵੀ ਗਾਉਣ ਲੱਗ ਗਈਆਂ, ਫਿਰ ਇਹਦਾ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਆਓ ਗੱਜ ਵੱਜ ਕੇ ਮਟਕ ਮਜਾ ਬੜੀ ਔਖੀ ਮਿਲੀ